ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ ਪ੍ਰਭ ਮੇਰਾ, ਆਪਣੀ ਭਗਤੀ ਲਾਏ, ਆਪਣੀ ਭਗਤੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ ਪ੍ਰਭ ਮੇਰਾ, ਆਪਣੀ ਭਗਤੀ ਲਾਏ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ ਪ੍ਰਭ ਮੇਰਾ, ਆਪਣੀ ਭਗਤੀ ਲਾਏ, ਸਤਿਕਾਰ ਯੋਗ ਗੁਰੂ ਬਾਬਾ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਬੈਠੀ ਗੁਰੂ ਰੂਪ ਗੁਰੂ ਸਵਾਰੀ ਸਾਧਸੰਗ ਜੀਓ, ਆਪਣੇ ਸਮੇਂ 'ਤੇ ਸਵਾਸਾਂ ਨੂੰ ਸਫਲਿਆਂ ਕਰਨ ਵਾਸਤੇ ਮਾਈ ਔਰ ਭਾਈ ਸਾਰੇ ਹੀ ਪ੍ਰੇਮੀ ਜਨ ਦੂਰੋਂ ਨੇੜਿਓਂ ਆਪੋ ਆਪਣੇ ਦੁਨਿਆਵੀ ਧੰਦੇ ਧੰਧਾਰਾਂ ਤੋਂ ਛੁਟਕਾਰਾ ਪਾ ਕਰਕੇ ਨਿੱਤ ਰੋਜ਼ ਦੀ ਤਰ੍ਹਾਂ
ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪੁੱਜ ਕੇ ਆਪਣੀ ਜ਼ਿੰਦਗੀ ਦੀਆਂ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਲਗਾ ਕੇ ਸਫਲਿਆਂ ਕਰਨ ਦੀ ਖੇਚਲਾ ਜਾਣੀ ਕਿਰਪਾਲਤਾ ਕਰ। ਤਾਂ ਤੇ ਆਓ ਥੋੜ੍ਹਾ ਜਿਹਾ ਸਮਾਂ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲਾਈਏ। ਇਸ ਚੱਲ ਰਹੇ ਲੜੀਵਾਰ ਕੀਰਤਨ ਵਿੱਚ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਦਾ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਆਉਣਾ, ਬਾਬਾ ਅਮਰਦਾਸ ਜੀ ਭਾਵ ਗੁਰੂ ਅਮਰਦਾਸ ਜੀ ਮਹਾਰਾਜ ਦਾ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਵਿੱਚ ਆਉਣਾ, ਅਤੇ ਅੱਜ ਦੀ ਵਿਚਾਰ ਸਤਿਗੁਰੂ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਪਹਿਲਾ ਨਾਂ ਭਾਈ ਜੇਠਾ ਸੀ, ਲਾਹੌਰ ਦੇ ਮਾਫ ਕਰਨਾ ਸੋਢੀ ਭਾਈ ਸਾਹਿਬ ਭਾਈ ਹਰਦਾਸ ਦੇ ਗ੍ਰਹਿ ਵਿਖੇ ਮਾਤਾ ਦਇਆ ਕੌਰ ਦੀ ਕੁੱਖ ਤੋਂ ਅਵਤਾਰ ਧਾਰਨ ਕੀਤਾ। ਜੇਠਾ ਪਰਿਵਾਰ ਦੇ ਵਿੱਚ ਸਭ ਤੋਂ ਵੱਡੇ ਪੁੱਤਰ ਹੋਣ ਦੇ ਨਾਤੇ ਸਾਧ ਸੰਗ ਆਪ ਜੀ ਦਾ ਨਾਂ ਭਾਈ ਆਪ ਜੀ ਨੂੰ ਭਾਈ ਜੇਠਾ ਜੀ ਕਹਿ ਕੇ ਸੱਦਿਆ ਜਾਂਦਾ ਸੀ। ਛੋਟੀ ਉਮਰ ਵਿੱਚ ਹੀ ਆਪ ਜੀ ਦੇ ਪਿਤਾ ਪਰਮੇਸ਼ਰ ਨੂੰ ਪਿਆਰੇ ਹੋ ਗਏ। ਗੁਰੂ ਕੀ ਸੰਗਤ ਕੁਝ ਸਮੇਂ ਤੋਂ ਬਾਅਦ ਜਵਾਨੀ ਉਮਰ ਦੇ ਵਿੱਚ ਗੁਰੂ ਕੀ ਸੰਗਤ ਆਪ ਛੋਲੇ ਜਾਂ ਘੂਣੀਆਂ ਵਗੈਰਾ ਗੁਰੂ ਕੀ ਸੰਗਤ ਵੇਚਿਆ ਕਰਦੇ ਸਨ। ਆਪ ਜੀ ਨੂੰ ਪਤਾ ਲੱਗਾ ਕਿ ਗੋਇੰਦਵਾਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਇੱਕ ਪਾਸੇ 84 ਪੌੜੀਆਂ ਦੀ ਬੌਲੀ ਦੀ ਖੁਦਾਈ ਹੋ ਰਹੀ, ਦੂਜੇ ਪਾਸੇ ਸੰਗਤਾਂ ਨਿੱਤਾ ਪ੍ਰਤੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੇਵਾ ਕਰਨ ਵਾਸਤੇ ਆਉਂਦੀਆਂ ਨੇ। ਆਪ ਜੀ ਨੇ ਸੋਚਿਆ ਕਿ ਗੋਇੰਦਵਾਲ ਸਾਹਿਬ ਜਾ ਕੇ ਇਹ ਕਾਰੋਬਾਰ ਇਹ ਕੰਮ ਉੱਥੇ ਕਰ ਲੈਣਾ ਚਾਹੀਦਾ। ਗੁਰੂ ਕੀ ਸੰਗਤ ਪੂਰਬ ਕਰਮ ਅੰਕਰ ਜਾਂ ਪ੍ਰਗਟੇ, ਜਦੋਂ ਪਿਛਲੇ ਜੀਵ ਦੇ ਕੀਤੇ ਚੰਗੇ ਕਰਮ ਜਾਗਦੇ ਨੇ ਤਾਂ ਜਾ ਕੇ ਗੁਰੂ ਸ਼ਰਨ ਪ੍ਰਾਪਤ ਹੁੰਦੀ, ਵੈਸੇ ਹੋ ਨਹੀਂ ਸਕਦੀ। ਇੱਕ ਕਹਿੰਦੇ ਨੇ ਸਵਾਤੀ ਬੂੰਦ ਹੈ, 12 ਸਾਲਾਂ ਦੇ ਬਾਅਦ ਬਾਰਿਸ਼ ਪੈਂਦੀ ਹੈ। ਸਵਾਤੀ ਬੂੰਦ ਇੱਕ ਹੈ, ਪਰ ਇਹਨੂੰ ਜਿਹੋ ਜਿਹੀ ਸੰਗਤ ਮਿਲ ਗਈ ਇਹਦਾ ਪ੍ਰਭਾਵ ਉਹਦੇ ਮੁਤਾਬਕ ਬਦਲ ਗਿਆ। ਸਵਾਤੀ ਬੂੰਦ ਕਹਿੰਦੇ ਨੇ ਜੇ ਸੱਪ ਦੇ ਸਿਰ 'ਤੇ ਪੈ ਜੇ ਇਹ ਸਵਾਤੀ ਬੂੰਦ ਮਣੀ ਬਣ ਜਾਂਦੀ। ਇਹੀ ਸਵਾਤੀ ਬੂੰਦ ਕਹਿੰਦੇ ਨੇ ਜੇ ਸੱਪ ਦੇ ਮੂੰਹ 'ਚ ਪੈ ਜੇ ਯਹਿਰ ਬਣ ਜਾਂਦੀ। ਇਹੀ ਸਵਾਤੀ ਬੂੰਦ ਗੁਰੂ ਪਿਆਰਿਓ ਕਹਿੰਦੇ ਨੇ ਜੇ ਗਿੱਦੜ ਦੇ ਮੂੰਹ 'ਚ ਪੈ ਜੇ ਗਿੱਦੜ ਹਲਕਾ ਹੋ ਜਾਂਦਾ। ਇਹੀ ਸਵਾਤੀ ਬੂੰਦ ਜੇ ਸਿੱਪੀ ਦੇ ਮੂੰਹ 'ਚ ਪੈ ਜੇ ਮੋਤੀ ਬਣ ਜਾਂਦੀ ਹੈ। ਇਹੀ ਸਵਾਤੀ ਬੂੰਦ ਕਹਿੰਦੇ ਨੇ ਜੇ ਹਿਰਨ ਜਾਨੀ ਮਿਰਗ ਦੀ ਨਾਭੀ 'ਤੇ ਡਿੱਗ ਪਵੇ ਕਪੂਰ ਬਣ ਜਾਂਦੀ, ਕੇਸਰ ਬਣ ਜਾਂਦੀ। ਇਹੀ ਸਵਾਤੀ ਬੂੰਦ ਕਹਿੰਦੇ ਨੇ ਜੇ ਪਪੀਹੇ ਦੇ ਮੂੰਹ ਦੇ ਵਿੱਚ ਡਿੱਗ ਪਵੇ ਉਹਦੀ ਪਿਆਸ ਦੂਰ ਹੋ ਜਾਂਦੀ। ਇਹੀ ਪਿਆਸ ਇਹੀ ਸਵਾਤੀ ਬੂੰਦ ਕਹਿੰਦੇ ਨੇ ਕਿ ਜੇਕਰ ਕਿਸੇ ਬੰਦੇ ਦੇ ਸਿਰ 'ਤੇ ਡਿੱਗ ਪਵੇ ਬੰਦਾ ਬ੍ਰਹਮ ਗਿਆਨੀ ਹੋ ਜਾਂਦਾ। ਸਤਿਸੰਗ ਜੀ, ਗੁਰੂ ਪਿਆਰਿਓ ਮਾਫ ਕਰਨਾ, ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਪਹਿਲਾ ਨਾਂ ਆਪ ਜੀ ਦਾ ਭਾਈ ਜੇਠਾ ਜੀ, ਗੋਇੰਦਵਾਲ ਸਾਹਿਬ ਦੀ ਪਾਵਨ ਪੁੱਤਰ ਧਰਤੀ 'ਤੇ ਪੁੱਜਣਾ, ਇੱਥੇ ਛੋਲੇ ਘੁੰਗਣੀਆਂ ਵਗੈਰਾ ਵੇਚਣੇ। ਗੁਰੂ ਕੀ ਸੰਗਤ ਇਹ ਕੰਮ ਕਈ ਦਿਨ ਚੱਲਦਾ ਰਿਹਾ। ਸਾਸਨ ਸਮੇਂ ਵਿੱਚੋਂ ਸਮਾਂ ਕੱਢ ਕੇ 84 ਪੌੜੀਆਂ ਵਾਲੀ ਪੌੜੀ ਬੌਲੀ ਦੀ ਸੇਵਾ ਵੀ ਕਰਦੇ ਰਹੇ। ਇੱਧਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੀਆਂ ਦੋ ਬੇਟੀਆਂ ਸਨ, ਇੱਕ ਬੀਬੀ ਭਾਨੀ ਸੀ, ਦੂਜੀ ਬੀਬੀ ਦਾਨੀ ਸੀ। ਕਹਿੰਦੇ ਨੇ ਕਿ ਜਦੋਂ ਬੀਬੀ ਭਾਨੀ ਵਰਯੋਗ ਹੋਈ ਤਾਂ ਹਜ਼ੂਰ ਦੇ ਮਹਿਲ ਗੁਰੂ ਕੀ ਸੰਗਤ ਮਾਂ ਬਾਪ ਨੂੰ
ਬੱਚੇ ਦੇ ਵਾਸਤੇ ਬੱਚੀ ਵਾਸਤੇ ਤਿੰਨ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਕਿ ਹਮ ਸ਼ਕਲ ਹਮ ਸੂਰਤ ਹਮ ਖਿਆਲ ਮਾਫ਼ ਕਰਨਾ, ਅਤੇ ਤੀਜੇ ਨੰਬਰ 'ਤੇ ਗੁਰੂ ਕੀ ਸੰਗਤ ਹਮ ਉਮਰ, ਇੱਕੋ ਜੀ ਉਮਰ ਹੋਵੇ, ਇੱਕੋ ਮਾਫ਼ ਕਰਨਾ, ਇੱਕੋ ਜਿਹਾ ਰੰਗ ਸ਼ਕਲ ਮਿਲਦੀ ਹੋਵੇ, ਇੱਕੋ ਵਰਗੇ ਆਸਜ ਖਿਆਲਾਤ ਮਿਲਦੇ ਹੋਣ। ਇਨ ਤਿੰਨ ਗੱਲਾਂ ਦਾ ਮਾਂ ਬਾਪ ਨੂੰ ਸਾਸ ਬੱਚੀ ਦਾ ਖਾਸ ਕਰਕੇ ਸੰਯੋਗ ਵੇਖਣ ਸਮੇਂ ਇਹ ਤਿੰਨ ਗੱਲਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ। ਹਮ ਸ਼ਕਲ, ਹਮ ਉਮਰ, ਹਮ ਖਿਆਲ, ਆਸ ਵਿੱਚ ਖਿਆਲ ਮਿਲਦੇ ਜੁੜਦੇ ਹੋਣ। ਦਾਸ ਦੇ ਵੇਖਣ ਦੇ ਵਿੱਚ ਆਇਆ ਬੱਚੀਆਂ ਅੰਮ੍ਰਿਤਧਾਰੀ ਹੁੰਦੀਆਂ ਨੇ, ਮਨਮੁੱਖ ਬੱਚਿਆਂ ਦੇ ਲੜ ਲਾ ਦਿੰਦੇ, ਕੋਈ ਨਹੀਂ ਜੀ ਬੱਚਾ ਅੰਮ੍ਰਿਤ ਛਕ ਲਏਗਾ, ਕੋਈ ਨਹੀਂ ਜੀ ਬੱਚਾ ਸਿਆਣਾ ਹੋ ਜਾਏਗਾ, ਸਾਰੀ ਜ਼ਿੰਦਗੀ ਧੀਆਂ ਭੈਣਾਂ ਦੀ ਜ਼ਿੰਦਗੀ ਨਰਕ ਬਣ ਜਾਂਦੀ ਖਾਲਸਾ ਜੀ, ਐਸਾ ਵੀ ਦੇਖਣ ਦੇ ਵਿੱਚ ਆਇਆ ਹੈ। ਗੁਰੂ ਕੀ ਸੰਗਤ, ਇੱਧਰ ਬੀਬੀ ਮਨਸਾ ਦੇਵੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਮਹਿਲ, ਜ਼ਰਾ ਧਿਆਨ ਦੇਣਾ। ਗੁਰੂ ਕੀ ਸੰਗਤ, ਜਦੋਂ ਵੀ ਕਿਤੇ ਗੱਲ ਚੱਲਣੀ ਤਾਂ ਬੀਬੀ ਮਨਸਾ ਦੇਵੀ ਨੇ, ਹਜ਼ੂਰ ਦੇ ਮਹਿਲ ਨੇ ਕਹਿਣਾ ਕਹਿਣਾ, ਗਰੀਬ ਨਵਾਜ਼ ਆਪਣੀ ਬੇਟੀ ਭਾਨੀ ਵਰ ਯੋਗ ਹੋ ਗਈ, ਜਵਾਨ ਹੋ ਗਈ, ਆਪ ਕੋਈ ਫਿਕਰ ਕਰੋ। ਹਜ਼ੂਰ ਨੇ ਕਹਿਣਾ, ਮਨਸਾ ਦੇਵੀ ਤੁਹਾਨੂੰ ਕਾਹਦਾ ਫਿਕਰ ਹੈ, ਸੰਯੋਗ ਵਿਯੋਗ ਦੇ ਕਾਰ ਚਲਾਵੈ, ਲੇਖਿਆ ਆਵੈ ਭਾਗ, ਇਹ ਸਭ ਵਸਤੂਆਂ ਪਰਮੇਸ਼ੁਰ ਦੇ ਹੱਥ ਵਿੱਚ ਨੇ, ਇਹ ਗੱਲਾਂ ਪਰਮੇਸ਼ੁਰ ਦੇ ਹੱਥ ਵਿੱਚ ਨੇ, ਸਮੇਂ ਦੇ ਨਾਲ ਸਭ ਕੁਝ ਹੋ ਜਾਣਾ ਹੈ। ਖੈਰ, ਸਮਾਂ ਬੀਤਦਾ ਤੁਰਿਆ ਜਾਂਦਾ। ਗੁਰੂ ਕੀ ਸੰਗਤ, ਇੱਕ ਦਿਨ ਬੀਬੀ ਮਨਸਾ ਦੇਵੀ ਹਜ਼ੂਰ ਦੇ ਮਹਿਲ, ਮਨਸਾ ਦੇਵੀ ਦੀ ਨਜ਼ਰ ਭਾਈ ਜੇਠਾ ਜੀ ਜਿੱਥੇ ਘੁੰਗਣੀਆਂ ਵੇਚ ਰਹੇ ਸਨ, ਗੁਰੂ ਕਿਸਮ ਵੇਖੀ ਜਾਂਦੇ ਨੇ, ਆਪ ਜੀ ਦਾ ਸੂਰਜ ਦੀ ਨਿਆਈ ਗਦ ਗਦ ਕਰਦਾ ਚਿਹਰਾ, ਸਾਧਸੰਗ ਬੜੇ ਪਿਆਰੇ ਨੈਣ ਨੁਕਸ ਵੇਖ ਕੇ ਬੀਬੀ ਮਨਸਾ ਦੇਵੀ ਸਾਧਸੰਗ ਬੜੀ ਖੁਸ਼ ਹੋ ਰਹੀ ਹੈ। ਦੇਖੋ ਵੇਚ ਕੀ ਰਿਹਾ, ਘੁੰਗਣੀਆਂ, ਮਾਫ਼ ਕਰਨਾ, ਨੱਡਾ, ਅਸੀਂ ਲੜਕਾ ਕਹਿ ਦਿੰਦੇ ਹਾਂ, ਨੱਡਾ ਵੀ ਕਿਹਾ ਜਾਂਦਾ, ਨੱਡਾ ਕਿੰਨਾ ਸੋਹਣਾ, ਪਰਮੇਸ਼ਰ ਨੇ ਕਿੰਨਾ ਸਰੂਪ ਦਿੱਤਾ। ਬੀਬੀ ਮਨਸਾ ਦੇਵੀ ਦੀ ਨਜ਼ਰ ਮਾਫ਼ ਕਰਨਾ ਭਾਈ ਜੇਠਾ ਜੀ 'ਤੇ ਪਈ, ਅਤੇ ਅੱਜ ਫਿਰ ਗੱਲ ਤੋਰਤੀ, ਮਹਾਰਾਜ ਕਿਰਪਾ ਕਰੋ ਆਪਣੀ ਬੇਟੀ ਵਰ ਯੋਗ ਹੋ ਗਈ, ਆਪ ਕੋਈ ਖਿਆਲ ਹੀ ਨਹੀਂ ਕਰਦੇ। ਉਸ ਮੌਕੇ ਗੁਰੂ ਅਮਰਦਾਸ ਜੀ ਲੱਗੇ ਕਹਿਣ, ਮਨਸਾ ਦੇਵੀ ਦੱਸ ਬੱਚਾ ਕਿਹੋ ਜਿਹਾ ਹੋਵੇ, ਕਿਹੋ ਜਿਹੇ ਰੂਪ ਰੰਗ ਦਾ ਹੋਵੇ, ਕਿਹੋ ਜਿਹਾ ਕੱਦ ਕਾਠ ਹੋਵੇ। ਉਸ ਮੌਕੇ ਮਨਸਾ ਦੇਵੀ ਨੇ ਕਹਿਣਾ ਕੀਤਾ, ਮਹਾਰਾਜ ਆਓ ਦੇਖੋ ਸਾਹਮਣੇ ਜੋ ਲੜਕਾ ਨਾ, ਇੰਨੀ ਕੁ ਉਮਰ ਦਾ ਹੋਵੇ, ਇਹੋ ਜਿਹਾ ਸੋਹਣਾ ਹੋਵੇ, ਦੇਖੋ ਕਿੰਨਾ ਖੂਬਸੂਰਤ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਲੱਗੇ ਕਰ, ਮਨਸਾ ਦੇਵੀ ਇਹੋ ਜਿਹਾ ਤਾਂ ਫਿਰ ਇਹੋ ਹੀ ਹੈ, ਇਹੋ ਜਿਹਾ ਤਾਂ ਫਿਰ ਨਿਰੰਕਾਰ ਨੇ ਇਹੋ ਹੀ ਪੈਦਾ ਕੀਤਾ, ਇਹਦੇ ਵਰਗਾ ਤਾਂ ਕੋਈ ਹੋਰ ਪੈਦਾ ਨਹੀਂ ਕੀਤਾ, ਮਾਫ਼ ਕਰਨਾ। ਅਤੇ ਆਖਿਆ ਫਿਰ ਇੰਜ ਕਰੋ, ਇਹਨੂੰ ਬੁਲਾਓ। ਹਜ਼ੂਰ ਨੇ ਸੇਵਾਦਾਰ ਨੂੰ ਭੇਜ ਕੇ ਅਤੇ ਸਾਧਸੰਗ ਭਾਈ ਜੇਠਾ ਜੀ ਨੂੰ ਬੁਲਾਉਣਾ ਕੀਤਾ, ਸਾਧਸੰਗ ਪੁੱਛਣਾ ਕੀਤਾ, ਕਾਕਾ ਕਿਸ ਖਾਨਦਾਨ ਨਾਲ ਸੰਬੰਧ ਰੱਖਦੇ ਹੋ, ਕਿੱਥੇ ਦੇ ਵਸਨੀਕ ਹੋ, ਸਾਰੀ ਹੋਈ ਬੀਤੀ ਗੱਲ ਦੱਸਣੀ, ਪੁੱਛਣੀ ਕੀਤੀ। ਕਹਿਣਾ ਕੀਤਾ, ਮਹਾਰਾਜ ਜਾਤ ਦੇ ਖੁਦ ਖੱਤਰੀ ਹੁੰਦੇ ਹਾਂ, ਗੋਦ ਸੋਢੀਆਂ ਦੀ ਹੈ, ਲਾਹੌਰ ਦੇ ਵਸਨੀਕ ਹਾਂ। ਪੁੱਛਣਾ ਕੀਤਾ ਹਜ਼ੂਰ ਨੇ, ਮਾਤਾ ਪਿਤਾ ਕਿੱਥੇ ਰਹਿੰਦੇ ਹਨ? ਆਖਿਆ, ਮਹਾਰਾਜ ਪਿਤਾ ਜੀ ਤਾਂ ਪਰਮੇਸ਼ੁਰ ਨੂੰ ਪਿਆਰੇ ਹੋ ਗਏ ਨੇ, ਮਾਤਾ ਜੀ ਮੇਰੇ ਨਾਲ ਹੀ ਰਹਿੰਦੇ ਨੇ। ਸਾਧਸੰਗ ਜੀ ਮੁੱਕਦੀ ਗੱਲ ਕੀ, ਥੋੜ੍ਹੇ ਹੀ ਦਿਨਾਂ ਦੇ ਬਾਅਦ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪ ਜੀ ਦੇ ਮਾਤਾ ਜੀ ਨੂੰ ਬੁਲਾ ਕੇ, ਸਾਧਸੰਗ ਜੀ ਬੀਬੀ ਭਾਨੀ ਦਾ ਵਿਆਹ ਸਾਧਸੰਗ ਭਾਈ ਜੇਠਾ ਜੀ ਭਾਵ ਗੁਰੂ ਰਾਮਦਾਸ ਜੀ ਦੇ ਨਾਲ ਹੋ ਗਿਆ, ਜਿੱਥੇ ਛੋਲੇ ਅਤੇ ਘੁੰਗਣੀਆਂ ਵੇਚਦੇ ਸਨ, ਸਾਧਸੰਗ ਸਭ ਕੁਝ ਛੱਡ ਕੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ
ਸੇਵਾ ਦੇ ਵਿੱਚ ਲੱਗ ਗਏ। ਦੁਨੀਆ ਦੇ ਲੋਕਾਂ ਦੀ ਕਹਾਵਤ ਹੈ, ਅੱਜ ਕਹਿੰਦੇ ਨੇ ਇੰਡੀਆ ਦੇ ਵਿੱਚ, ਅੱਜ ਕਹਿੰਦੇ ਨੇ ਖਾਲਸਾ ਜੀ ਕਿ ਪਿਤਾ ਦੀ ਪ੍ਰੋਪਰਟੀ ਦੇ ਉੱਤੇ ਲੜਕੀਆਂ ਦਾ ਪੂਰਾ ਹੱਕ ਹੈ। ਪਰ ਇਹ ਗੱਲ ਤਾਂ ਬੀਬੀ ਭਾਨੀ ਨੇ ਅੱਜ ਤੋਂ 400-450 ਸਾਲ ਪਹਿਲਾਂ ਖਾਲਸਾ ਜੀ ਆਪਣੇ ਪਿਤਾ ਦੀ ਸੇਵਾ ਕਰਕੇ ਦੁਨੀਆ ਦੇ ਲੋਕਾਂ ਨੂੰ ਦੱਸ ਦਿੱਤੀ ਸੀ। ਉਹ ਦੁਨੀਆ ਦੇ ਲੋਕੋ, ਬੇਟੀ ਵੀ ਆਪਣੇ ਪਿਤਾ ਦੀ ਸੇਵਾ ਕਰਕੇ ਆਪਣੇ ਪਿਤਾ ਦੀ ਖੁਸ਼ੀ ਪ੍ਰਾਪਤ ਕਰ ਸਕਦੀ ਹੈ। ਮੁੱਕ ਦੀ ਗੱਲ ਕੀ, ਸ਼ਾਦੀ ਹੋਣ ਤੋਂ ਬਾਅਦ ਭਾਈ ਜੇਠਾ ਜੀ ਸਾਰਾ ਦਿਨ 84 ਪੌੜੀਆਂ ਵਾਲੀ ਬੋਲੀ ਦੀ ਖੁਦਾਈ ਦੇ ਵਿੱਚ ਸਾਧ ਸੰਗਤ ਸੇਵਾ ਦੇ ਵਿੱਚ ਲੱਗੇ ਰਹਿੰਦੇ ਨੇ। ਸਾਧ ਸੰਗ ਸੇਵਾ, ਦੂਜਾ ਸਿਮਰਨ, ਅੱਠੋ ਪੈਰ ਸਿਮਰਨ ਅਤੇ ਦੂਜੇ ਪਾਸੇ ਸੇਵਾ। ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਨ ਪਾਈਦਾ। ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਨ ਪਾਈਦਾ। ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਤੰਦੂਰ ਹੁੰਬ ਦੁੱਖੜੇ ਜੀ ਦੂਰ ਹੁੰਬ ਦੁੱਖੜੇ, ਸੇਵਾ ਕਰਕੇ ਮਾਨ ਪਾਈ। ਨਾਮ ਜਪੀਏ ਤਾਂ ਦੂਰ ਹੁੰਬ ਦੁੱਖੜੇ, ਸੇਵਾ ਕਰਕੇ ਮਾਨ ਪਾਈਦਾ। ਨਾਮ ਜਪੀਏ ਤਾਂ ਦੂਰ, ਸੇਵਾ ਕਰਕੇ ਮਾਨ ਪਾਈਦਾ। ਮੇਰੇ ਪਿਆਰੇ ਸੇਵਾ ਕਰਕੇ ਮਾਨ ਪਾਈਦਾ, ਮੇਰੇ ਪਿਆਰੇ ਵਾਹ ਸੇਵਾ ਕਰਕੇ ਮਾਨ ਪਾਈਦਾ। ਵਾਹ 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 ਸੇਵਾ ਕਰਕੇ ਮਾਨ ਪਾਈਦਾ। ਵਾਹ 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 ਤੰਦੂਰ ਹੁੰਬ ਦੁੱਖੜੇ ਜੀ ਦੂਰ ਹੁੰਬ ਦੁੱਖੜੇ, ਸੇਵਾ ਕਰਕੇ ਮਾਨ ਪਾਈ। ਨਾਮ ਜਪੀਏ ਤਾਂ ਦੂਰ ਹੁੰਬ ਦੁੱਖੜੇ, ਸੇਵਾ ਕਰਕੇ ਮਾਨ ਪਾਈਦਾ।
ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ, ਜੰਮਣ ਮਰਨਾ ਮਿਟ ਗਿਆ ਕਾਲੇ ਕਾ ਖਿਸ਼ੂ ਨਾ, ਵਸਾਏ ਗੁਰੂ ਕੀ ਸੰਗਤ ਸਾਰਾ ਦਿਨ। 84 ਪੌੜੀਆਂ ਵਾਲੀ ਬੋਲੀ ਦੀ ਖੁਦਾਈ ਸਮੇਂ ਸਿਰ 'ਤੇ ਟੋਕਰਾ ਚੱਕਣਾ ਅਤੇ ਮਿੱਟੀ ਚੱਕ ਚੱਕ ਕੇ ਬਾਹਰ ਲਿਆਉਣੀ, ਸਮਾਂ ਬੀਤਦਾ ਤੁਰਿਆ ਜਾਂਦਾ। ਰਾਤ ਦੇ ਸਮੇਂ ਭਾਈ ਜੇਠਾ ਜੀ ਨੇ ਸਰਦੀਆਂ ਦੇ ਦਿਨਾਂ ਵਿੱਚ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਦਾ ਬਿਰਧ ਸਰੀਰ ਸੀ ਉਹਨਾਂ ਦੇ ਨੇੜੇ ਸਾਧ ਸੰਗ ਜੀ ਰਾਤ ਦੇ ਸਮੇਂ ਅੱਗ ਵਗੈਰਾ ਬਾਲਣੀ, ਗੁਰੂ ਕੀ ਸੰਗਤ ਗਰਮੀਆਂ ਦੇ ਦਿਨਾਂ 'ਚ ਸਾਰੀ ਸਾਰੀ ਰਾਤ ਪੱਖਾ ਝੱਲਣਾ, ਜਦੋਂ ਕਿਤੇ 2 ਘੜੀਆਂ ਆਰਾਮ ਕਰਨਾ ਹੁੰਦਾ ਤਾਂ ਆਪ ਸਾਧ ਸੰਗਤ ਜੀ ਆਪਣੇ ਮਹਿਲ ਬੀਬੀ ਭਾਨੀ ਨੂੰ ਕਿਹਾ ਕਰਦੇ ਸਨ, ਭਾਨੀ ਦੁਨਿਆਵੀ ਰਿਸ਼ਤਾ ਕਰਕੇ ਭਾਵੇਂ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਤੇਰੇ ਪਿਤਾ ਨੇ, ਮੇਰੇ ਸਹੁਰਾ ਸਾਹਿਬ ਨੇ, ਅਸਲ ਵਿੱਚ ਗੁਰੂ ਅਮਰਦਾਸ ਜੀ ਮਹਾਰਾਜ ਅਤੇ ਗੁਰੂ ਨਾਨਕ ਪਾਤਸ਼ਾਹ ਵਿੱਚ ਕੋਈ ਵੀ ਭਿੰਨ ਭੇਦ ਨਹੀਂ ਹੈ। ਸਮੁੰਦ ਸਰੀਰ ਵਰੋਲ ਹਮ ਦੇਖਿਆ, ਇੱਕ ਵਸਤ ਅਗੋਚਰ ਪਾਈ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ। ਸਾਧ ਸੰਗਤ ਕਿਤੇ 2 ਘੜੀਆਂ ਆਰਾਮ ਕਰਨਾ ਹੁੰਦਾ ਤਾਂ ਬੀਬੀ ਭਾਨੀ ਨੂੰ ਕਿਹਾ ਕਰਦੇ, ਦੇਖਣਾ ਇਹਨਾਂ ਦੀ ਸੇਵਾ ਦੇ ਵਿੱਚ ਕੋਈ ਫਰਕ ਨਾ ਰਹਿ ਜਾਏ, ਜਿਹਨੇ ਪਾਇਆ ਉਹਨੇ ਮਰ ਕੇ ਪਾਇਆ। ਜੀਵਨ ਮੁਖ ਸੋ ਆਖੀ ਹੈ, ਮਰ ਜੀਵੈ ਮਰੀਐ, ਗੁਰੂ ਕੀ ਸੰਗਤ ਸਾਰੀ ਸਾਰੀ ਰਾਤ ਸੇਵਾ ਦੇ ਵਿੱਚ ਸਾਧ ਸੰਗਤ ਜੀ ਹਾਜ਼ਰ ਬਰ ਤਿਆਰ ਬਰ ਤਿਆਰ ਹਾਜ਼ਰ ਰਹਿਣਾ ਅਤੇ ਸਾਰਾ ਦਿਨ ਸਾਧ ਸੰਗਤ ਜੀ 84 ਪੌੜੀਆਂ ਵਾਲੀ ਬੌਲੀ ਦੀ ਖੁਦਾਈ ਸਮੇਂ ਸਿਰ 'ਤੇ ਟੋਕਰਾ ਚੱਕਣਾ ਅਤੇ ਟੋਕਰੇ ਮਿੱਟੀ ਦੇ ਚੱਕ ਚੱਕ ਕੇ ਲਿਆਉਣੇ ਅਤੇ ਸੱਟਣੇ। ਇੱਕ ਸਮੇਂ ਕਹਿੰਦੇ ਨੇ ਬਿਆਸਾ ਤੋਂ ਬਾਹਰ ਲੋਕ ਲਾਜ ਨੂੰ ਲਿਆਉਣਾ ਪੈਂਦਾ, ਗੁਰੂ ਕੀ ਸੰਗਤ ਸਭ ਤੋਂ ਬੁਰੇ ਕਹਾਉਣਾ ਪੈਂਦਾ। ਰਾਜ ਮਿਲਕ ਸਿਕਦਾਰੀਆਂ ਅਗਣੀ ਮੈਂ ਜਾਲ, ਦੁਨੀਆਂ ਦੀਆਂ ਚੌਧਰਾਂ ਦੁਨੀਆਂ ਦੀਆਂ ਵਡਿਆਈਆਂ ਇਹ ਅੱਗ ਦੇ ਵਿੱਚ ਫੂਕਣੀਆਂ ਪੈਂਦੀਆਂ ਨੇ, ਅੱਗ ਦੇ ਵਿੱਚ ਸਾੜਨੀਆਂ ਪੈਂਦੀਆਂ ਨੇ, ਉਸਤਤ ਨਿੰਦਾ ਇੱਕ ਬਰਾਬਰ ਕਰਕੇ ਮੰਨਣੀ ਪੈਂਦੀ। ਕਹਿੰਦੇ ਨੇ ਇੱਕ ਸਮੇਂ ਆਪ ਜੀ ਦੇ ਭਾਈਚਾਰੇ ਦੇ ਵਿੱਚ ਸੰਬੰਧੀਆਂ ਦੇ ਵਿੱਚੋਂ ਬਿਆਸਾ ਤੋਂ ਪਾਰ ਨਾ ਕਿਸੇ ਰਿਸ਼ਤੇਦਾਰ ਦੀ ਮੌਤ ਹੋ ਗਈ ਤਾਂ ਭਾਈ ਜੇਠਾ ਜੀ ਭਾਵ ਗੁਰੂ ਰਾਮਦਾਸ ਜੀ ਮਹਾਰਾਜ ਦੇ ਸੰਬੰਧੀ ਲਾਹੌਰ ਤੋਂ ਅਫਸੋਸ ਕਰਨ ਵਾਸਤੇ ਨਾ ਬਿਆਸਾ ਤੋਂ ਪਾਰ ਬਾਸਰ ਕੇ ਪਿੰਡ ਪੈਂਦਾ ਸੀ, ਉਸ ਪਿੰਡ ਦੇ ਵਿੱਚ ਮਾਫ ਕਰਨ ਅਫਸੋਸ ਕਰਨ ਵਾਸਤੇ ਜੋ ਗਏ ਨਾ, ਇਹਨਾਂ ਨੇ ਸੋਚਿਆ ਜਦੋਂ ਅਫਸੋਸ ਕਰਕੇ ਆਏ, ਇਹਨਾਂ ਸੋਚਿਆ ਵੀ ਇੱਥੇ ਗੋਇੰਦਵਾਲ ਸਾਹਿਬ ਨਾ ਸਾਡਾ ਇੱਕ ਬੱਚਾ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਰਹਿੰਦਾ, ਜਿਹਦੇ ਸਹੁਰਾ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਹਨ, ਚਲੋ ਜਾਂਦੇ ਜਾਂਦੇ ਨਾ ਭਾਈ ਜੇਠਾ ਜੀ ਨੂੰ ਮਿਲ ਚਲੀਏ, ਭਾਈ ਜੇਠਾ ਜੀ ਦਾ ਬੜਾ ਸਤਿਕਾਰ ਹੋਵੇਗਾ ਗੁਰੂ ਘਰ ਦੇ ਵਿੱਚ, ਮਾਫ਼ ਕਰਨਾ ਲੋਕ ਜਵਾਈਆਂ ਭਾਈਆਂ ਦਾ ਸਤਿਕਾਰ ਕਰਿਆ ਹੀ ਕਰਦੇ ਨੇ। ਅਤੇ ਨਾਲੇ ਇਹਨਾਂ ਸੋਚਿਆ ਵੀ ਜਦੋਂ ਅਸੀਂ ਨਾ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ 'ਚ ਜਾਵਾਂਗੇ ਅਤੇ ਉੱਥੇ ਸਾਡਾ ਬੜਾ ਸਤਿਕਾਰ ਹੋਵੇਗਾ। ਆਪ ਜੀ ਦੇ ਭਾਈਚਾਰੇ ਦੇ ਸ਼ਰੀਕ ਸਮਾਜ ਦੇ ਕਹਿ ਲਓ, ਸ਼ਰੀਕ ਭਾਈ ਕਹਿ ਲਓ, ਗੁਰੂ ਕੀ ਸੰਗਤ ਜਦੋਂ ਅਫਸੋਸ ਕਰਕੇ ਗੋਇੰਦਵਾਲ ਸਾਹਿਬ ਪੁੱਜੇ ਨਾ, ਅਤੇ ਅੱਗੇ ਭਾਈ ਜੇਠਾ ਜੀ ਸਿਰ 'ਤੇ ਮਿੱਟੀ ਦਾ ਟੋਕਰਾ ਚੱਕਿਆ ਹੋਇਆ, ਸਾਧ ਸੰਗ ਕੁਝ ਪਾਣੀ ਚੋਰਿਆ ਆਪਾਂ ਜਾਣਦੇ ਹੀ ਹਾਂ, ਸਾਧ ਸੰਗਤ ਜੀ ਬੌਲੀ ਵਗੈਰਾ ਜਾਂ ਖੂਹ ਦੀ ਖੁਦਾਈ ਕਰਨ ਸਮੇਂ ਆਪਾਂ ਮਿੱਟੀ ਗਿੱਲੀ ਹੋਇਆ ਕਰਦੀ, ਕੁਝ ਪਾਣੀ ਚੋ ਚੋ ਕੇ ਸਾਧ ਸੰਗ ਭਾਈ ਜੇਠਾ ਜੀ ਦਾ ਦਾੜਾ ਸਾਰਾ ਉਸ ਪਾਣੀ ਨਾਲ ਭਰਿਆ, ਸਾਰਾ ਸਰੀਰ ਗਾਰੇ ਨਾਲ ਲਿਬੜਿਆ ਹੋਇਆ, ਔਰ ਸਾਧ ਸੰਗ ਸਿਰ 'ਤੇ ਮਿੱਟੀ ਦਾ ਟੋਕਰਾ ਚੱਕਿਆ ਹੋਇਆ ਵੇਖ ਕੇ ਅਤੇ ਭਾਈ ਜੇਠਾ ਜੀ ਦੇ ਨਾ ਭਾਈਚਾਰੇ ਦੇ ਲੋਕ ਲੱਗੇ ਕਹਿਣ, ਜਾ ਹੋਏ ਜੇ ਮਿੱਟੀ ਢੋਣੀ ਸੀ ਤਾਂ ਲਾਹੌਰ 'ਚ ਥੋੜ੍ਹੀ ਸੀ, ਲਾਹੌਰ 'ਚ ਕੋਈ ਮਿੱਟੀ ਢੋਣ ਨੂੰ ਨਹੀਂ ਸੀ ਮਿਲਦੀ, ਮਾਫ਼ ਕਰਨਾ ਅਤੇ ਇੱਥੇ ਆ ਕੇ ਸਹੁਰੇ ਘਰ ਤੋਂ ਮਿੱਟੀ ਢੋਣੀ ਸੀ, ਵਾਹ ਕਮਲਿਆ ਤੂੰ ਕੀ ਇੱਥੇ ਘਰ ਦਾ ਫਿਰਦਾ। ਉਸ ਮੌਕੇ ਭਾਈ ਜੇਠਾ ਜੀ ਨੇ
ਕਹਿਣਾ ਕੀਤਾ ਪ੍ਰੇਮੀਓ ਮੈਂ ਮਿੱਟੀ ਨਹੀਂ ਢੋਂਦਾ, ਮੈਂ ਤਾਂ ਸੇਵਾ ਕਰਕੇ ਆਪਣਾ ਜਨਮ ਸਫਲਾ ਕਰਦਾ। ਉਹਨਾਂ ਵੱਧ ਘੱਟ ਕਈ ਕਿਸਮ ਦੀਆਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ, ਪਰ ਗੁਰ ਕੀ ਨਿੰਦਾ ਸੁਣੇ ਨਾ ਕਾਣ। ਇਹਨਾਂ ਨੇ ਕਹਿਣਾ ਕੀਤਾ ਭਾਈ ਜੇਠਾ ਚੱਲ ਅਸੀਂ ਕਰਦੇ ਹਾਂ ਤੇਰੇ ਸਹੁਰੇ ਨਾਲ ਗੱਲ ਕਰਦੇ ਹਾਂ, ਸਹੁਰਾ ਸਾਹਿਬ ਨਾਲ ਗੱਲ ਕਰਦੇ ਹਾਂ ਕਿ ਸਾਡੇ ਮੁੰਡੇ ਨੂੰ ਇਸੇ ਕਰਕੇ ਹੀ ਆਪਣੀ ਲੜਕੀ ਦਾ ਰਿਸ਼ਤਾ ਕੀਤਾ ਸੀ ਕਿ ਇਹ ਗੁਰੂ ਘਰ ਦੇ ਸਾਡੇ ਘਰ ਮਿੱਟੀ ਢੋਇਆ ਕਰੇਗਾ। ਪਰ ਖਾਲਸਾ ਜੀ ਭਾਈ ਜੇਠਾ ਜੀ ਸਾਸਨ ਲੱਗੇ ਕਹਿਣ ਖਬਰਦਾਰ, ਜੇਕਰ ਤੁਸੀਂ ਗੁਰੂ ਸਾਹਿਬ ਦੇ ਕੋਲ ਜਾ ਕੇ ਕੋਈ ਗੱਲ ਕੀਤੀ ਜਿਸ ਕੇ ਮਨ ਗੁਰ ਕੀ ਪ੍ਰਤੀਤ ਤਿਸ ਦਿਨ ਆਵੈ ਹਰ ਪ੍ਰਭ ਚੀਤ। ਇਹ ਮਾਣ ਵਡਿਆਈ ਵਿੱਚ ਫਸੇ ਰਿਸ਼ਤੇਦਾਰ ਸੰਬੰਧੀ ਭਾਈ ਜੇਠਾ ਜੀ ਦੇ ਮਾਫ਼ ਕਰਨਾ ਰੋਕਣ ਦੇ ਬਾਵਜੂਦ ਵੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਪੁੱਜੇ। ਇਹਨਾਂ ਜਾ ਕੇ ਕਹਿਣਾ ਕੀਤਾ ਮਹਾਰਾਜ ਚੰਗੀ ਗੱਲ ਕੀਤੀ ਹੈ, ਆਹ ਸਾਡਾ ਮੁੰਡਾ ਤੁਸੀਂ ਸਮੇਂ ਦੇ ਗੁਰੂ ਨਾਨਕ ਪਾਤਸ਼ਾਹ ਦੀ ਗੁਰਤਾ ਗੁਰਗੱਦੀ ਦੇ ਵਾਰਿਸ ਹੋਵੋ। ਮਹਾਰਾਜ ਇੱਥੇ ਤਾਂ ਬੜੇ ਬੜੇ ਚੰਗੇ ਚੰਗੇ ਕੰਮ ਨੇ, ਆਹ ਸਾਡੇ ਮੁੰਡੇ ਨੂੰ ਮਿੱਟੀ ਢੋਣ 'ਤੇ ਲਾਏ ਹੈ। ਇੱਧਰ ਉੱਧਰ ਦੀਆਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ, ਅੱਖੀਂ ਵੇਖ ਕੇ ਆਏ ਹਾਂ ਅਤੇ ਸਾਧ ਸੰਗਤ ਕਹਿਣਾ ਕੀਤਾ ਦੇਖੋ ਮਿੱਟੀ ਦਾ ਸਿਰ 'ਤੇ ਟੋਕਰਾ ਚੱਕਿਆ ਹੋਇਆ, ਸਾਰਾ ਦਾੜਾ ਜਿਹੜਾ ਮਾਫ਼ ਕਰਨਾ ਮਿੱਟੀ ਦੇ ਵਿੱਚੋਂ ਪਾਣੀ ਚੋ ਚੋ ਕੇ ਟੋਕਰੇ ਦੇ ਵਿੱਚੋਂ ਸਾਰਾ ਦਾੜਾ ਉਹ ਗੰਦੇ ਪਾਣੀ ਦੇ ਨਾਲ ਭਰਿਆ ਹੋਇਆ, ਸਾਰਾ ਸਰੀਰ ਹੈ ਜਿਹੜਾ ਉਹ ਗਾਰੇ ਨਾਲ ਭਰਿਆ ਹੋਇਆ। ਸਤਿਗੁਰੂ ਪਾਤਸ਼ਾਹ ਲੱਗੇ ਕਹਿਣ ਭਾਈ ਅਸੀਂ ਤਾਂ ਭਾਈ ਜੇਠਾ ਜੀ ਨੂੰ ਕਦੇ ਨਹੀਂ ਕਿਹਾ ਤੂੰ ਮਿੱਟੀ ਢੋ। ਉਸ ਮੌਕੇ ਗੁਰੂ ਸਾਹਿਬ ਨੇ ਭਾਈ ਜੇਠਾ ਜੀ ਨੂੰ ਬੁਲਾਉਣਾ ਕੀਤਾ ਕਿ ਪੁੱਛੋ ਤਾਂ ਸਹੀ, ਆਖਿਆ ਭਾਈ ਜੇਠਾ ਜੀ ਲੱਗੇ ਕਹਿਣ ਤੁਸੀਂ ਕਹਿਣਾ ਕੀ ਚਾਹੁੰਦੇ ਹੋ। ਕਹਿਣਾ ਕੀਤਾ ਉਹਨਾਂ, ਕਹਿਣਾ ਕੀਤਾ ਮਹਾਰਾਜ ਦੇਖੋ ਮਿੱਟੀ ਦਾ ਟੋਕਰਾ ਸਿਰ 'ਤੇ। ਗੁਰੂ ਅਮਰਦਾਸ ਮਾਰ ਲੱਗੇ ਕਹਿਣ ਭਾਈ ਆਹ ਮਿੱਟੀ ਦਾ ਟੋਕਰਾ ਨਾ ਸਮਝੋ, ਜਿੱਥੇ ਭਾਈ ਜੇਠੇ ਦਾ ਸਥਾਨ ਬਣਨਾ ਇਹ ਭਾਈ ਜੇਠੇ ਦੇ ਸਿਰ 'ਤੇ ਤਰਲੋਕੀ ਦਾ ਛਤਰ ਝੂਲ ਰਿਹਾ, ਅਤੇ ਜਿਹਨੂੰ ਤੁਸੀਂ ਪਾਣੀ ਚੋਂਦਾ ਦੱਸਦੇ ਹੋ ਪਾਣੀ ਨਹੀਂ ਇਹ ਅਤਰ ਚੋ ਰਿਹਾ। ਰਹੀ ਗੱਲ ਜੋ ਸਰੀਰ ਦੇ ਉੱਤੇ ਆਹ ਤੁਹਾਨੂੰ ਗਾਰਾ ਲੱਗਾ ਨਜ਼ਰ ਆ ਰਿਹਾ ਨਾ, ਇਹ ਗਾਰਾ ਨਹੀਂ, ਜਿੱਥੇ ਭਾਈ ਜੇਠੇ ਦਾ ਸਥਾਨ ਬਣਨਾ ਉਹਦੀਆਂ ਦੁਆਰਾਂ ਵੀ ਸੋਨੇ ਨਾਲ ਜੜੀਆਂ ਜਾਣਗੀਆਂ। ਖਾਲਸਾ ਜੀ ਤਾਂ ਜਾ ਕੇ ਸ਼੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕਰਵਾਈ ਸੀ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ, ਸਮਾਂ ਆਉਣ 'ਤੇ ਭਾਈ ਜੇਠਾ ਜੀ ਭਾਵ ਗੁਰੂ ਰਾਮਦਾਸ ਜੀ ਦੇ ਪਾਸੋਂ। ਉਸ ਮੌਕੇ ਉਹ ਵੱਧ ਘੱਟ ਬੋਲਣ ਲੱਗੇ ਅਤੇ ਭਾਈ ਜੇਠਾ ਜੀ ਲੱਗੇ ਕਹਿਣ ਤੁਹਾਨੂੰ ਨਿਉਂਦਾ ਦਿੱਤਾ ਸੀ, ਇੱਥੇ ਆ ਕੇ ਮੈਨੂੰ ਮਿਲੋ, ਜਾਓ ਦਫਾ ਹੋ ਜਾਓ ਸਾਧ ਸੰਗਤ ਇੱਥੋਂ, ਖਬਰਦਾਰ ਜੇ ਵੱਧ ਘੱਟ ਗੱਲ ਕੀਤੀ। ਮਹਾਰਾਜ ਮਿਲਖ ਸਕਦਾਰੀਆਂ ਅਗਨੀ ਮੈਂ ਜਾਲ, ਸਾਸ ਦੁਨੀਆਂ ਦੀਆਂ ਝੂਠੀਆਂ ਚੌਧਰਾਂ ਨੇ ਜਿਹੜੀਆਂ ਅਗਨੀ ਵਿੱਚ ਜਾਲ ਦਿਓ ਦੁਨੀਆਂ ਦੀ ਝੂਠੀ ਸੋਭਾ, ਅਗਨੀ ਵਿੱਚ ਜਾਲ ਦਿਓ ਦੁਨੀਆਂ ਦੀ ਝੂਠੀ ਸੋਭਾ, ਅਗਨੀ ਵਿੱਚ ਜਾਲ ਦਿਓ ਵਿੱਚ ਜਾਲਦਿਓ ਦੁਨੀਆਂ ਦੀ ਝੂਠੀ ਸੋਭਾ, ਅਗਨੀ ਵਿੱਚ ਜਾਲਦਿਓ ਦੁਨੀਆਂ ਦੀ ਝੂਠੀ ਸੋਭਾ, ਅਗਨੀ ਵਿੱਚ ਜਾਲਦਿਓ ਝੂਠੀ ਸੋਭਾ, ਦੁਨੀਆਂ ਦੀ ਝੂਠੀ ਸੋਭਾ, ਦੁਨੀਆਂ ਦੀ ਝੂਠੀ, ਦੁਨੀਆਂ ਦੀ
ਝੂਠੀ ਤੋਬਾ ਦੁਨੀਆ ਦੀ ਝੂਠੀ ਤੋਬਾ ਦੁਨੀਆ ਦੀ ਝੂਠੀ ਦੁਨੀਆ ਦੀ ਝੂਠੀ ਸੋਬਾ ਦੁਨੀਆ ਦੀ ਝੂਠੀ ਸੋਬਾ ਦੁਨੀਆਂ ਦੀ ਝੂਠੀ ਤੋਬਾ ਅਗਨੀ ਵਿੱਚ ਜਾਲਦਿਆਂ ਦੁਨੀਆਂ ਦੀ ਝੂਠੀ ਤੋਬਾ ਭਾਈ ਜੇਠਾ ਜੀ ਨੇ ਕਹਿਣਾ ਕੀਤਾ ਜਾਓ ਇੱਥੋਂ ਦਫਾ ਹੋ ਜਾਓ ਚਲੇ ਜਾਓ। ਆਪ ਜੀ ਦੇ ਜਿਤਨੇ ਸੰਬੰਧੀ ਸਰ ਰਿਸ਼ਤੇਦਾਰ ਚਲੇ ਗਏ। ਸਮਾਂ ਬੀਤਦਾ ਤੁਰਿਆ ਜਾਂਦਾ, ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ। ਇੱਕ ਐਸਾ ਸਮਾਂ ਆਇਆ ਗੁਰੂ ਅਮਰਦਾਸ ਜੀ ਮਹਾਰਾਜ ਸਿੱਖ ਸੰਗਤਾਂ ਨੂੰ ਨਿੱਤਾ ਪ੍ਰਤੀ ਗੁਰਬਾਣੀ ਦਾ ਉਪਦੇਸ਼ ਦਿਆ ਕਰਦੇ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਉਸ ਮੌਕੇ ਵਿਦਵਾਨ ਪੰਡਿਤ ਸਾਧ ਸੰਗਤ ਜੀ ਇਹ ਖੱਤਰੀ ਵਗੈਰਾ ਖਾਲਸਾ ਜੀ ਬੜੇ ਪਿੱਟੇ ਕਿ ਗੁਰੂ ਅਮਰਦਾਸ ਜੀ ਮਹਾਰਾਜ ਨੇ ਵੇਦਾਂ ਸ਼ਸਤਰਾਂ ਗਾਇਤਰੀ ਦੇ ਸਲੋਕ ਹੋਰ ਮਾਵਕਰਨ ਸਿਮਰਤ ਪ੍ਰਾਣਾਂ ਦੀ ਨਿਖੇਧੀ ਕਰਕੇ ਇੱਕ ਨਵਾਂ ਹੀ ਪੰਥ ਚਲਾ ਦਿੱਤਾ ਹੈ। ਸਿੱਖਾਂ ਨੂੰ ਉਪਦੇਸ਼ ਦਿੰਦੇ ਨੇ ਬਾਣੀ ਪੜ੍ਹੋ, ਕਿਸੇ ਨੂੰ ਇਹ ਨਹੀਂ ਕਹਿੰਦੇ ਗਾਇਤਰੀ ਦੀ ਪੂਜਾ ਕਰੋ, ਗਾਇਤਰੀ ਦੇ ਸਲੋਕਾਂ ਦਾ ਜਾਪ ਕਰੋ। ਮਾਫ ਕਰਨਾ, ਇਹਨਾਂ ਨੇ ਜਾ ਕੇ ਇੰਨੀ ਦਿਨੀ ਦਿੱਲੀ ਦਾ ਬਾਦਸ਼ਾਹ ਅਕਬਰ ਲਾਹੌਰ ਦੇ ਦੌਰੇ 'ਤੇ ਆਇਆ ਹੋਇਆ ਸੀ। ਇਹਨਾਂ ਨੇ ਜਾ ਕੇ ਅਕਬਰ ਬਾਦਸ਼ਾਹ ਦੇ ਪਾਸ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੀ ਸ਼ਿਕਾਇਤ ਕੀਤੀ, ਮਹਾਰਾਜ ਇਸ ਤਰ੍ਹਾਂ ਕਰਕੇ ਗੋਇੰਦਵਾਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਇੱਕ ਨਵਾਂ ਹੀ ਪੰਥ ਚਲਾ ਲਿਆ, ਇੱਕ ਨਵਾਂ ਹੀ ਧਰਮ ਚਲਾ ਲਿਆ। ਉਹ ਮਾਫ ਕਰਨ ਵੇਦਾਂ ਦੀ ਨਿਖੇਧੀ ਕਰਦੇ ਨੇ, ਉਹ ਸਾਧ ਸੰਗੈਤਰੀ ਦੇ ਸਲੋਕ ਨੂੰ ਗਾਇਤਰੀ ਦੇ ਸਲੋਕ ਦੇ ਜਾਪ ਨੂੰ ਛੱਡ ਕੇ ਉਹਨਾਂ ਨੇ ਇੱਕ ਨਵਾਂ ਹੀ ਜਾਪ ਵਾਹਿਗੁਰੂ ਗੁਰਮੰਤਰ ਦਾ ਦੇਣਾ ਸ਼ੁਰੂ ਕਰ ਦਿੱਤਾ। ਵੇਦਾਂ ਸ਼ਸਤਰਾਂ ਦਾ ਪੜ੍ਹਨਾ ਬੰਦ ਕਰਕੇ ਉਹਨਾਂ ਨੇ ਇੱਕ ਨਵਾਂ ਹੀ ਗ੍ਰੰਥ ਤਿਆਰ ਕਰ ਲਿਆ ਅਤੇ ਸਿੱਖਾਂ ਨੂੰ ਉਪਦੇਸ਼ ਦਿੰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਮਹਾਰਾਜ ਕਿਰਪਾ ਕਰੋ। ਮਹਾਰਾਜ ਉਹਨਾਂ ਨੇ ਤਾਂ ਨਵੀਂ ਚਾਲੀ ਚਲਾ ਲਈ ਹੈ, ਉਹਨਾਂ ਨੇ ਤਾਂ ਹਿੰਦੂ ਮੁਸਲਿਮ ਮਾਫ ਕਰਨਾ ਖੱਤਰੀ ਬ੍ਰਾਹਮਣ ਸੂਦ ਬੈਸ ਇਹਨਾਂ ਚਾਰਾਂ ਨੂੰ ਇੱਕ ਬਰਾਬਰਤਾ ਦਿੱਤੀ ਹੈ, ਜਦੋਂ ਕਿ ਸਾਡੇ ਧਰਮ ਦੇ ਵਿੱਚ ਸਾਰਿਆਂ ਨੂੰ ਇੱਕ ਬਰਾਬਰਤਾ ਨਹੀਂ ਹੈ। ਉਸ ਮੌਕੇ ਦਿੱਲੀ ਦਾ ਬਾਦਸ਼ਾਹ ਅਕਬਰ ਜੋ ਲਾਹੌਰ ਦੇ ਦੌਰੇ 'ਤੇ ਆਇਆ ਸੀ, ਇਹਨਾਂ ਪੰਡਤਾਂ ਅਤੇ ਖੱਤਰੀਆਂ ਨੂੰ ਕਹਿਣਾ ਕੀਤਾ ਤੁਸੀਂ ਘਬਰਾਓ ਨਾ, ਮੈਂ ਗੁਰੂ ਅਮਰਦਾਸ ਜੀ ਨੂੰ ਇੱਥੇ ਬੁਲਾ ਕੇ ਕੱਲ੍ਹ ਨੂੰ ਬੁਲਾ ਕੇ ਜੋ ਤੁਸੀਂ ਕਹੋਗੇ ਮੈਂ ਤੁਹਾਡੇ ਸਾਹਮਣੇ ਪੁੱਛ ਲਵਾਂਗਾ। ਖਾਲਸਾ ਜੀ ਕਹਿੰਦੇ ਨੇ ਸਮਾਂ ਬੀਤਦਾ ਤੁਰਿਆ ਜਾਂਦਾ, ਇਹ ਪੰਡਤ ਅਤੇ ਖੱਤਰੀ ਅਕਬਰ ਬਾਦਸ਼ਾਹ ਦੇ ਪਾਸ ਠਹਿਰੇ ਹੋਏ ਨੇ, ਇੱਧਰ ਸਤਿਗੁਰੂ ਗੁਰੂ ਅਮਰਦਾਸ ਦੇ ਪਾਸ ਅਕਬਰ ਬਾਦਸ਼ਾਹ ਨੇ ਆਪਣੇ ਇੱਕ ਦੋ ਨੌਕਰ ਭੇਜੇ ਕਿ ਤੁਹਾਨੂੰ
ਗੁਰੂ ਸਾਹਿਬ ਨੂੰ ਜਾ ਕੇ ਬੇਨਤੀ ਕਰੋ ਕਿ ਤੁਹਾਨੂੰ ਅਕਬਰ ਬਾਦਸ਼ਾਹ ਨੇ ਲਾਹੌਰ ਸੱਦਿਆ। ਮਹਾਰਾਜ, ਤੁਹਾਡੀ ਇੱਕ ਸ਼ਿਕਾਇਤ ਆਈ ਸਾਡੇ ਪਾਸ, ਇਹਨਾਂ ਖੱਤਰੀਆਂ ਅਤੇ ਬ੍ਰਾਹਮਣਾਂ ਨੇ ਇੱਕ ਸ਼ਿਕਾਇਤ ਕੀਤੀ। ਜਦੋਂ ਇਹ ਗੱਲ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਅਕਬਰ ਬਾਦਸ਼ਾਹ ਦੇ ਨੌਕਰਾਂ ਨੇ ਕਹੀ ਨਾ, ਉਸ ਮੌਕੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਭਾਈ ਜੇਠਾ ਜੀ ਨੂੰ ਬੁਲਾਇਆ ਅਤੇ ਕਹਿਣਾ ਕੀਤਾ, ਦੁਨੀਆਂ ਦੇ ਵਿੱਚ 13 ਕਿਸਮ ਦੀ ਵਿੱਦਿਆ, 14ਵੀਂ ਕਿਸਮ ਦੀ ਬ੍ਰਹਮ ਵਿੱਦਿਆ ਜਿਹੜੀ ਸਤਿਪੁਰਸ਼ਾਂ ਦੇ ਕੋਲ ਹੈ, ਜਿਹੜੀ ਗੁਰੂ ਘਰ ਦੇ ਵਿੱਚ ਹੈ। ਖਾਲਸਾ ਜੀ, ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਅਕਬਰ ਦੇ ਨੌਕਰਾਂ ਦੀ ਗੱਲ ਸੁਣ ਕੇ ਨਾ ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਜੇਠਾ ਜੀ ਨੂੰ ਬੁਲਾਉਣਾ ਕੀਤਾ। ਜਦੋਂ ਭਾਈ ਜੇਠਾ ਜੀ ਨੂੰ ਬੁਲਾਉਣਾ ਕੀਤਾ ਤਾਂ ਗੁਰੂ ਸਾਹਿਬ ਲੱਗੇ ਕਹਿਣ, ਜੇਠਾ ਜੀ ਤੁਸੀਂ ਇੰਜ ਕਰੋ, ਲਾਹੌਰ ਜਾਓ ਅਤੇ ਅਕਬਰ ਬਾਦਸ਼ਾਹ ਦੇ ਸਵਾਲਾਂ ਦਾ ਜਵਾਬ ਦਿਓ। ਆ ਅਕਬਰ ਬਾਦਸ਼ਾਹ ਦੇ ਨੌਕਰ ਸਾਡੇ ਕੋਲ ਆਏ ਨੇ, ਜਿਹੜਾ ਸਵਾਲ ਤੁਹਾਨੂੰ ਅਕਬਰ ਕਰੇਗਾ ਉਸ ਸਵਾਲ ਦਾ ਜਵਾਬ ਤੁਸੀਂ ਉੱਥੇ ਜਾ ਕੇ ਦੇਣਾ। ਭਾਈ ਜੇਠਾ ਜੀ ਲੱਗੇ ਕਹਿਣ, ਮਹਾਰਾਜ ਮੈਨੂੰ ਤਾਂ ਕਿਸੇ ਸਵਾਲ ਦਾ ਜਵਾਬ ਨਹੀਂ ਆਉਣਾ, ਮਹਾਰਾਜ ਉਹ ਤਾਂ ਵੇਦਾਂ ਸ਼ਸਤਰਾਂ ਦੀਆਂ ਗੱਲਾਂ ਪੁੱਛੇਗਾ। ਮਾਫ਼ ਕਰਨਾ, ਇਹਨਾਂ ਖੱਤਰੀਆਂ ਪੰਡਤਾਂ ਨੇ ਆਪ ਜੀ ਦੀ ਸ਼ਿਕਾਇਤ ਕੀਤੀ, ਮਹਾਰਾਜ ਮੈਂ ਉਹਨਾਂ ਸਵਾਲਾਂ ਦਾ ਜਵਾਬ ਦੇਣ ਵਾਸਤੇ ਕਿੱਥੇ ਸਮਰੱਥ ਹਾਂ, ਆਪ ਹੀ ਸਮਰੱਥ ਹੋ, ਕਿਰਪਾ ਕਰੋ। ਗੁਰੂ ਅਮਰਦਾਸ ਮਾਰ ਲੱਗੇ ਕਹਿਣ, ਭਾਈ ਜੇਠਾ ਜੀ ਇੰਜ ਕਰੋ, ਜਦੋਂ ਤੁਸੀਂ ਲਾਹੌਰ ਜਾਓਗੇ ਨਾ ਅਤੇ ਜਿਹੜਾ ਸਵਾਲ ਅਕਬਰ ਬਾਦਸ਼ਾਹ ਤੁਹਾਨੂੰ ਪੁੱਟ ਕਰੇਗਾ, ਜਿਹੜਾ ਸਵਾਲ ਅਕਬਰ ਬਾਦਸ਼ਾਹ ਤੁਹਾਡੇ ਅੱਗੇ ਰੱਖੇਗਾ, ਤੁਸੀਂ ਆਪਣੇ ਸੱਜੇ ਹੱਥ ਦੀ ਤਲੀ 'ਤੇ ਵੇਖਣਾ, ਉਹ ਸਵਾਲ ਦਾ ਜਵਾਬ ਤੁਹਾਡੇ ਸੱਜੇ ਹੱਥ ਦੀ ਤਲੀ 'ਤੇ ਲਿਖਿਆ ਹੋਵੇਗਾ। ਖਾਲਸਾ ਜੀ, ਐਵੇਂ ਨਹੀਂ ਕਿਹਾ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਵੈ। ਖਾਲਸਾ ਜੀ, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਅਕਬਰ ਬਾਦਸ਼ਾਹ ਦੇ ਸੱਦਣ 'ਤੇ ਭਾਈ ਜੇਠਾ ਜੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਕਹਿਣ 'ਤੇ ਦੂਜੇ ਦਿਨ ਸਾਧਸੰਗ ਜੀ ਲਾਹੌਰ ਨੂੰ ਚਾਲੇ ਪਾਤੇ, ਪੈਂਡਾ ਤੈਅ ਕਰਦੇ। ਗੁਰੂ ਕੀ ਸੰਗ ਜਦੋਂ ਲਾਹੌਰ ਦੇ ਵਿੱਚ ਪੁੱਜੇ, ਅੱਗੇ ਉਹ ਖੱਤਰੀ ਦੇ ਪੰਡਿਤ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਸ਼ਿਕਾਇਤ ਕੀਤੀ ਸੀ, ਉਹ ਵੀ ਬੜੇ ਚੌੜੇ ਹੋ ਕੇ ਬੈਠੇ ਨੇ, ਪਰ ਗੁਰੂ ਕੀ ਸੰਗ ਸਾਧ ਕੀ ਮਹਿਮਾ ਵੇਦ ਨਾ ਜਾਣੈ। ਮਾਫ਼ ਕਰਨਾ, ਜੇਤਾ ਸੁਣੇ ਤੇਤਾ ਵਿਖਿਆਨਾ, ਫਿਰ ਪੂਰਨ ਗੁਰੂ ਦੀ ਮਹਿਮਾ ਭਲਾ ਕਿਹੜਾ ਜਾਣ ਸਕਦਾ। ਸਾਧ ਸੰਗ ਜੀ ਅੱਜ ਭਾਈ ਜੇਠਾ ਜੀ ਅਕਬਰ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਜਦੋਂ ਪੁੱਜੇ ਤਾਂ ਜਾ ਕੇ ਅਕਬਰ ਬਾਦਸ਼ਾਹ ਨੂੰ ਕਹਿਣਾ ਕੀਤਾ, ਸਰਕਾਰ ਤੁਹਾਡੇ ਸੱਦਣ 'ਤੇ ਤੁਸੀਂ ਸਤਿਗੁਰੂ ਗੁਰੂ ਅਮਰਦਾਸ ਜੀ ਮਾਰ ਨੂੰ ਬੁਲਾਇਆ ਸੀ, ਸਤਿਗੁਰੂ ਗੁਰੂ ਅਮਰਦਾਸ ਜੀ ਨੇ ਮੈਨੂੰ ਭੇਜਿਆ, ਕੀ ਪੁੱਛਣਾ ਚਾਹੁੰਦੇ ਹੋ, ਕੀ ਕਹਿਣਾ ਚਾਹੁੰਦੇ ਹੋ? ਉਸ ਮੌਕੇ ਅਕਬਰ ਬਾਦਸ਼ਾਹ ਨੇ ਕਹਿਣਾ ਕੀਤਾ, ਭਾਈ ਜੇਠਾ ਜੀ ਅਸੀਂ ਤਾਂ ਕੁਝ ਨਹੀਂ ਪੁੱਛਣਾ ਚਾਹੁੰਦੇ, ਪਰ ਇਹਨਾਂ ਆਹ ਜਿਹੜੇ ਵਿਦਵਾਨ ਪੰਡਿਤ ਬੈਠੇ ਨੇ ਜਾਂ ਇਹ ਖੱਤਰੀ ਵਗੈਰਾ ਬੈਠੇ ਨੇ, ਇਹ ਰੰਜਿਸ਼ ਕਰਦੇ ਨੇ, ਇਹ ਕੁਝ ਕਹਿਣਾ ਚਾਹੁੰਦੇ ਨੇ। ਉਸ ਮੌਕੇ ਜਿਹੜਾ ਸਵਾਲ ਅਕਬਰ ਪੁੱਛਦਾ ਸੀ ਜਾਂ ਜਿਹੜਾ ਸਵਾਲ ਪੰਡਿਤ ਜਾਂ ਖੱਤਰੀ ਪੁੱਛਦੇ ਸਨ, ਸਾਸ ਭਾਈ ਜੇਠਾ ਜੀ ਆਪਣੇ ਸੱਜੇ ਹੱਥ ਦੀ ਤਲੀ 'ਤੇ ਵੇਖਦੇ ਸਨ, ਉਹ ਸਵਾਲ ਦਾ ਜਵਾਬ ਸੱਜੇ ਹੱਥ ਦੀ ਹਥੇਲੀ 'ਤੇ ਲਿਖਿਆ ਮਿਲਦਾ ਸੀ। ਸਤਸੰਗ ਜੀ, ਬੜੀ ਤਸੱਲੀ ਅਕਬਰ ਬਾਦਸ਼ਾਹ ਦੀ ਹੋਈ, ਉਹ ਬੜਾ ਖੁਸ਼ ਹੋਇਆ। ਉਸ ਮੌਕੇ ਸਾਧਸੰਗ ਜੀ ਉਹਨੇ ਖੱਤਰੀਆਂ ਅਤੇ ਬ੍ਰਾਹਮਣਾਂ ਨੂੰ, ਸਾਧਸੰਗ ਜੀ ਕਿਉਂਕਿ ਅਕਬਰ ਹਰ ਧਰਮ ਦਾ ਸਤਿਕਾਰ ਕਰਦਾ ਸੀ, ਉਹਨੇ ਬੜੀ ਝਾੜ ਚੰਬ ਕੀਤੀ। ਉਪਰੰਤ ਅਕਬਰ ਬਾਦਸ਼ਾਹ ਨੇ ਇੱਕ ਸਰੋ ਪਾਉ ਗੁਰੂ ਅਮਰਦਾਸ ਜੀ ਮਹਾਰਾਜ ਵਾਸਤੇ ਭਾਈ ਜੇਠਾ ਜੀ ਨੂੰ ਦੇ ਕੇ ਅਤੇ ਬੜੇ ਸਤਿਕਾਰ ਨਾਲ ਵਿਦਾ ਕੀਤਾ। ਹੁਣ ਜਦੋਂ ਭਾਈ ਜੇਠਾ ਜੀ ਬਾਜ਼ਾਰ ਦੇ ਵਿੱਚ ਪੁੱਜੇ, ਇੱਕ ਮਨੋ ਮਣੀ ਪੂਜਾ ਹੁੰਦੀ ਹੈ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਜਦੋਂ ਭਾਈ ਜੇਠਾ ਜੀ ਲਾਹੌਰ ਦੇ ਬਾਜ਼ਾਰ ਦੇ ਵਿੱਚੋਂ ਗੁਜ਼ਰ ਰਹੇ ਨੇ ਅਤੇ ਇੱਧਰ ਸਤਿਗੁਰੂ ਅਮਰਦਾਸ ਮਹਾਰਾਜ ਦੇ ਪਿਛਲੇ ਪੈਰ ਦੇ ਸਾਧਸੰਗ ਜੀ ਦਰਬਾਰ ਲੱਗੇ ਨੇ, ਸੰਗਤਾਂ ਗੁਰੂ ਸਾਹਿਬ ਦੇ ਚਰਨਾਂ 'ਚ ਬੈਠੀਆਂ ਨੇ ਅਤੇ ਮਾਫ਼ ਕਰਨਾ ਬਚਨ ਬਲਾਸ ਹੋ ਰਹੇ ਨੇ। ਭਾਈ ਜੇਠਾ ਜੀ ਕੀ ਦੇਖਿਆ, ਬਾਜ਼ਾਰ ਦੇ ਵਿੱਚੋਂ ਜੋ ਗੁਜ਼ਰ ਰਹੇ ਨੇ, ਇੱਕ ਬਜਾਜੀ ਵਾਲੀ ਦੁਕਾਨ ਹੈ, ਕੱਪੜੇ ਵਾਲੀ ਦੁਕਾਨ। ਕੱਪੜੇ ਵਾਲੀ ਦੁਕਾਨ ਦੇ ਉੱਤੇ ਇੱਕ ਕੱਪੜੇ ਦਾ ਬੜਾ ਪਿਆਰਾ ਥਾਣ ਪਿਆ, ਇਹਨੂੰ ਮਨੋਮਣੀ ਪੂਜਾ ਕਹਿੰਦੇ ਨੇ, ਜਿਹੜੀ ਮਨ ਨਾਲ ਕੀਤੀ ਜਾਂਦੀ ਹੈ।
ਸਾਧ ਸੰਗਤ ਜੀ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਣ। ਤਾਂ ਸਾਧ ਸੰਗਤ ਜੀ, ਭਾਈ ਜੇਠਾ ਜੀ ਨੂੰ ਇਹ ਥਾਂ ਦੇ ਨਾਲ ਕੱਪੜਾ ਬੜਾ ਪਸੰਦ ਆਇਆ। ਜਦੋਂ ਕੱਪੜਾ ਪਸੰਦ ਆਇਆ ਤਾਂ ਮਨ 'ਚ ਸੋਚਿਆ ਕਿ ਕੱਪੜਾ ਤਾਂ ਬੜਾ ਚੰਗਾ, ਜੇ ਚਾਰ ਪੈਸੇ ਕੋਲ ਹੁੰਦੇ ਕਿੰਨੀ ਚੰਗੀ ਗੱਲ ਸੀ ਕਿ ਅੱਜ ਚਾਰ ਪੈਸਿਆਂ ਦਾ ਇਹ ਕੱਪੜਾ ਖਰੀਦ ਕੇ ਅਤੇ ਗੁਰੂ ਅਮਰਦਾਸ ਜੀ ਮਹਾਰਾਜ ਵਾਸਤੇ ਚੋਗਾ ਤਿਆਰ ਕਰਕੇ ਗੁਰੂ ਸਾਹਿਬ ਵਾਸਤੇ ਲੈ ਜਾਂਦਾ, ਪਰ ਪੈਸੇ ਤਾਂ ਕੋਲ ਹੈ ਨਹੀਂ। ਹੁਣ ਭਾਈ ਜੇਠਾ ਜੀ ਬਜਾਜੀ ਵਾਲੀ ਦੁਕਾਨ ਦੇ ਸਾਹਮਣੇ ਖੜ੍ਹੇ ਹੋ ਕੇ ਨਾ ਮਨ ਹੀ ਮਨ, ਪੈਸੇ ਕੋਲ ਨਹੀਂ ਹੈ, ਦੇਖੋ ਸ਼ਰਧਾ ਨੂੰ ਫਲ ਲੱਗਦੇ ਨੇ। ਹੁਣ ਸਾਧ ਸੰਗਤ ਜੀ, ਇੱਧਰ ਗੁਰੂ ਅਮਰਦਾਸ ਜੀ ਮਹਾਰਾਜ ਪਿਛਲੇ ਪੈਰ ਦੇ ਦੀਵਾਨ ਲੱਗੇ ਨੇ ਗੋਇੰਦਵਾਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ, ਤਾਂ ਮਹਾਰਾਜ ਸੰਗਤ ਦੇ ਵਿੱਚ ਬੈਠੇ ਦਰਸ਼ਨ ਦੇ ਰਹੇ ਨੇ। ਇੱਧਰ ਭਾਈ ਜੇਠਾ ਜੀ ਪੈਸੇ ਨਹੀਂ ਹੈਗੇ, ਦੁਕਾਨਦਾਰ ਦੀ ਦੁਕਾਨ ਦੇ ਅੱਗੇ ਖੜ੍ਹ ਕੇ ਨਾ ਮਨ ਹੀ ਮਨ ਕਹਿੰਦੇ ਨੇ ਇੰਜ ਕਰ ਬਈ 6 ਮੀਟਰ ਕੱਪੜਾ ਦੇ ਦੇ, ਆਹ ਫੜ ਪੈਸੇ, ਖਿਆਲ ਨਾ ਪੈਸੇ ਦੇ ਦਿੱਤੇ, ਖਿਆਲ ਨਾਲ ਕੱਪੜਾ ਲੈ ਲਿਆ, ਮਾਫ਼ ਕਰਨਾ, ਖਿਆਲ ਨਾਲ ਪੈਸੇ ਦੇ ਦਿੱਤੇ, ਖਿਆਲ ਨਾਲ ਕੱਪੜਾ ਲੈ ਲਿਆ। ਫਿਰ ਦਰਜੀ ਨੂੰ ਕਹਿੰਦਾ ਵੀ ਐਂ ਸੀ ਦੇ, ਇੰਨੀਆਂ ਕਲੀਆਂ ਬਣਾ ਦੇ, ਸੈਦੀ ਹਾਂ ਬਈ ਆਹ ਲੈ ਬਈ, ਦਰਜੀ ਦੇ ਨਾਲ ਖਿਆਲ ਹੀ ਗੱਲਾਂ ਕਰਨ। ਸਾਧ ਸੰਗਤ ਦਰਜੀ ਨੇ ਚੋਲਾ ਸੀਤਾ, ਚੋਗਾ ਸੀਤਾ, ਕਹਿੰਦੇ ਫੜ ਬਈ ਆਹ ਆਪਣੀ ਸਿਲਾਈ, ਫੜ ਸਿਲਾਈ ਦਿੱਤੀ। ਚੋਗਾ ਜਦੋਂ ਬਣ ਗਿਆ ਤਾਂ ਇੱਧਰ ਸਾਧ ਸੰਗਤ ਅੱਖਾਂ ਬੰਦ ਨੇ, ਬਾਜ਼ਾਰ 'ਚ ਖੜ੍ਹੇ ਨੇ, ਚੋਗਾ ਤਿਆਰ ਹੋ ਗਿਆ ਅਤੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਨਾ, ਸਰੂਪ ਦੇ ਧਿਆਨ ਦਾ ਧਿਆਨ ਧਰ ਕੇ, ਅਤੇ ਭਾਈ ਜੇਠਾ ਜੀ ਇਹਨੂੰ ਮਨੋਮਣੀ ਪੂਜਾ ਕਹਿੰਦੇ ਨੇ, ਗੁਰ ਮੇਰੀ ਪੂਜਾ ਗੁਰ ਗੋਬਿੰਦ, ਸਾਧ ਸੰਗਤ ਜੀ ਇਹਨੂੰ ਮਨੋਮਣੀ ਪੂਜਾ ਕਹਿੰਦੇ ਨੇ। ਹੁਣ ਸਾਧ ਸੰਗਤ ਨੇਤਰ ਬੰਦ ਕਰਕੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਸਰੂਪ ਦਾ ਧਿਆਨ ਧਰ ਕੇ ਭਾਈ ਜੇਠਾ ਜੀ ਭਾਵਨਾ ਦਾ ਚੋਲਾ, ਸ਼ਰਧਾ ਦਾ ਚੋਲਾ, ਹੁਣ ਕੀ ਕੀਤਾ ਚੋਗੇ ਦਾ, ਸਾਧ ਸੰਗਤ ਪਹਿਲਾਂ ਮੂੰਹ ਸਾਧ ਸੰਗਤ ਹਜ਼ੂਰ ਦੇ ਪਵਿੱਤਰ ਸੀਸ ਤੋਂ ਪਾਇਆ, ਫਿਰ ਆਖਿਆ ਮਾਰੇ ਖੱਬੀ ਬਾਂਹ ਜਿਹੜਾ ਉਤਾਂਹ ਨੂੰ ਕਰਿਓ, ਜੋ ਇੱਧਰ ਗੁਰੂ ਅਮਰਦਾਸ ਜੀ ਮਹਾਰਾਜ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਦੇ ਗੁਰੂ ਦਰਬਾਰ ਵਿੱਚ ਬੈਠੇ ਖੱਬੀ ਬਾਂਹ ਐਂ ਤਾਂ ਕਰ ਦੇਣ ਖਾਲਸਾ ਜੀ। ਆਖਿਆ ਮਾਰੇ ਖੱਬੀ ਬਾਂਹ ਐਂ ਕਰਿਓ, ਉਤਾਂਹ ਕਰਿਓ ਜਰਾ। ਜਦੋਂ ਖੱਬੀ ਬਾਂਹ ਚੋਗੇ ਦੀ ਪਵਾ ਦਿੱਤੀ, ਫਿਰ ਆਖਿਆ ਮਾਰੇ ਹੁਣ ਸੱਜੀ ਬਾਂਹ ਵੀ ਥੋੜ੍ਹੀ ਜਿਹੀ ਚੱਕਿਓ, ਹੈਂ ਗੁਰੂ ਅਮਰਦਾਸ ਜੀ ਮਹਾਰਾਜ ਖਿਆਲ ਦੇ ਨਾਲ, ਜਦੋਂ ਭਾਈ ਜੇਠਾ ਜੀ ਖਾਲਸਾ ਜੀ ਖਿਆਲ ਦੇ ਨਾਲ ਭਾਵਨਾ ਦਾ ਸ਼ਰਧਾ ਦਾ ਚੋਗਾ ਪਹਿਨਾ ਰਹੇ ਨੇ ਸਾਧ ਸੰਗਤ ਜੀ, ਅਤੇ ਫਿਰ ਆਖਿਆ ਮਾਰੇ ਹੁਣ ਸੱਜੀ ਬਾਂਹ ਜਰਾ ਉਤਾਂਹ ਕਰਿਓ। ਭਾਈ ਜੇਠਾ ਜੀ ਮਨੋਮਨੀ ਮਨ ਹੀ ਮਨ ਕਹਿ ਰਹੇ ਨੇ, ਜਦੋਂ ਇੱਧਰ ਕਹਿ ਸੱਜੀ ਬਾਂਹ ਉਤਾਂਹ ਕਰਿਓ, ਗੁਰੂ ਅਮਰਦਾਸ ਜੀ ਮਹਾਰਾਜ ਸੱਜੀ ਬਾਂਹ ਉਤਾਂਹ ਕੀਤੀ, ਫਿਰ ਆਖਿਆ ਮਹਾਰਾਜ ਜੀ ਕਿਰਪਾ ਕਰਕੇ ਜਰਾ ਥੋੜ੍ਹੇ ਜਿਹੇ ਖੜ੍ਹੇ ਹੋਇਓ ਜੇ, ਮਾਫ਼ ਕਰਨਾ ਭਾਈ ਜੇਠਾ ਜੀ ਇੱਧਰ ਚੋਗਾ ਪਹਿਨਾ ਰਹੇ ਨੇ, ਪਰ ਸਤਿਗੁਰੂ ਪਾਤਸ਼ਾਹ ਨੂੰ ਭਾਵਨਾ ਦਾ ਚੋਗਾ ਪਵਾ ਕੇ ਤਾਂ ਗੁਰੂ ਸਾਹਿਬ ਨੂੰ ਦੇਖ ਰਹੇ ਨੇ। ਮਨ ਦੀ ਅਵਸਥਾ ਇਹੋ ਜਿਹੀ ਹੈ ਮਨ ਦੀ ਅਵਸਥਾ, ਕਬੀਰ ਤੂੰ ਕਰਤਾ ਤੂੰ ਹੁਆ, ਮੁਝਮੇ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੂੰ ਤਤ ਤੂੰ। ਜਦ ਚੋਗਾ ਪਹਿਨਾਤਾ, ਆਖਿਆ ਮਹਾਰਾਜ ਜੀ ਚੋਗੇ ਦੇ ਵਿੱਚ ਸੱਲ ਨੇ, ਜਰਾ ਕਿਰਪਾ ਕਰਕੇ ਖੜ੍ਹੇ ਹੋ ਜਾਓ ਜੇ, ਚੋਗੇ ਦੇ ਸੱਲ ਕੱਢ ਦੀ। ਗੁਰੂ ਅਮਰਦਾਸ ਜੀ ਮਾਰੇ ਖੜ੍ਹੇ ਹੋ ਗਏ, ਸਾਰੀ ਸੰਗਤ ਦੇਖ ਕੇ ਰਾਣ ਹੋ ਰਹੀ ਹੈ, ਅੱਜ ਮਾਰੇ ਕਰ ਕੀ ਰਹੇ ਨੇ, ਕਦੇ ਖੱਬੀ ਬਾਂਹ ਉਤਾਂਹ ਕਰਦੇ ਨੇ, ਕਦੇ ਖੱਬੀ ਬਾਂਹ ਥੱਲੇ ਕਰ ਲੈਂਦੇ ਨੇ, ਕਦੇ ਸੱਜੀ ਬਾਂਹ ਉਤਾਂਹ ਕਰਦੇ ਨੇ, ਮਾਫ਼ ਕਰਨਾ। ਅਤੇ ਆਹ ਹੁਣ ਗੁਰੂ ਸਾਹਿਬ ਖੜ੍ਹੇ ਹੋ ਗਏ, ਇੱਧਰ ਸਾਧ ਸੰਗਤ ਜੀ ਭਾਈ ਜੇਠਾ ਜੀ ਕਿਹਾ ਮਾਰੇ ਥੋੜ੍ਹੇ ਖੜ੍ਹੇ ਹੋਏ ਜੇ, ਆ ਚੋਗੇ ਦੇ ਨਾ ਮਤਲਬ ਸੱਲ ਵਗੈਰਾ ਕੱਢ ਲਾਂ। ਗੁਰੂ ਅਮਰਦਾਸ ਜੀ ਮਾਰੇ ਖੜ੍ਹੇ ਹੋਏ, ਜਦੋਂ ਖੜ੍ਹੇ ਹੋਏ ਤਾਂ ਭਾਈ ਜੇਠਾ ਜੀ ਨਾ ਭਾਵਨਾ ਖਿਆਲ ਦੇ ਨਾਲ ਚੋਗੇ ਨੂੰ ਉਹਦੀਆਂ ਕਣੀਆਂ ਖਿੱਚ ਕੇ ਕਹਿੰਦੇ ਨੇ, ਮਹਾਰਾਜ ਸੱਚਮੁੱਚ ਚੋਗਾ ਬੜਾ ਸੋਹਣਾ ਜਚਿਆ, ਚੋਗਾ ਬਹੁਤ ਸੋਹਣਾ ਜਚਿਆ। ਅਤੇ ਗੁਰੂ ਅਮਰਦਾਸ ਜੀ ਮਾਰ ਲੱਗੇ ਕਿ ਹਾਂ ਜੇਠਿਆ, ਚੋਗਾ ਬਹੁਤ ਸੋਹਣਾ ਲੱਗਿਆ, ਬਹੁਤ ਸੋਹਣਾ ਜਚਿਆ। ਸੰਗਤ ਲੱਗੀ ਕਰ, ਮਹਾਰਾਜ ਆਹ ਤੁਸੀਂ ਕੀ ਕੌਤਕ ਕਰ ਰਹੇ ਹੋ, ਕਦੀ ਖੱਬੀ ਬਾਂਹ ਤਾਂ ਕਰਦੇ ਹੋ, ਕਦੇ ਸੱਜੀ ਬਾਂਹ ਕਰਦੇ ਹੋ, ਮਹਾਰਾਜ ਖੜ੍ਹੇ ਹੋ ਗਏ, ਹੁਣ ਕਹਿੰਦੇ ਹੋ ਚੋਗਾ ਬਹੁਤ ਜਚਿਆ।
ਸੰਗਤ ਲੱਗੇ ਕਰ, ਸੰਗਤ ਨੂੰ ਗੁਰੂ ਸੰਬੋਧਨ ਕਰਦੇ, ਗੁਰੂ ਅਮਰਦਾਸ ਜੀ ਮਾਰ ਲੱਗੇ ਕਹਿਣ, ਗੁਰੂ ਦੀ ਇਹ ਸੰਗਤ ਹੈ, ਆਹ ਕੱਪੜੇ ਦੇ ਚੋਗੇ 'ਤੇ ਹਰ ਕੋਈ ਪਵਾ ਦਿੰਦਾ, ਸ਼ਰਧਾ ਨਾਲ ਰੱਖ ਕੇ ਕੋਈ ਲੈ ਆਉਂਦਾ, ਪਰ ਭਾਈ ਜੇਠਾ ਜੀ ਲਾਹੌਰ ਦੇ ਬਾਜ਼ਾਰ ਦੇ ਵਿੱਚ ਖਲੋਤੇ ਸਾਨੂੰ ਭਾਵਣਾ ਸ਼ਰਧਾ ਦਾ ਚੋਗਾ ਬਣਾ ਰਹੇ ਨੇ ਖਾਲਸਾ ਜੀ, ਮਾਫ਼ ਕਰਨਾ ਗੁਰੂ ਕੀ ਸੰਗਤ। ਅਤੇ ਅੱਗੇ ਸਤਿਗੁਰੂ ਪਾਤਸ਼ਾਹ ਜੀ ਅੱਗੇ ਵਧੇ ਨਾ, ਇੱਕ ਬੇਰੁੱਤਾ ਅੰਬ, ਵੈਸੇ ਕੁਰੁੱਤਾ ਅੰਬ ਵੀ ਕਹਿ ਦਿੰਦੇ, ਬੇਰੁੱਤਾ ਅੰਬ ਜਿਹੜਾ ਬਿਨਾਂ ਰੁੱਤ ਤੋਂ ਗੁਰੂ ਕੀ ਸੰਗਤ ਹੋਵੇ। ਅਤੇ ਇੱਕ ਅੰਬ, ਅੰਬ ਵੇਚਣ ਵਾਲਾ ਅੰਬ ਦੇ ਉੱਤੇ ਨਜ਼ਰ ਪਈ, ਆਪ ਜੀ ਨੇ ਸੋਚਿਆ ਵੀ ਅੰਬ ਬੜਾ ਪਿਆਰਾ ਹੈ, ਕਿੰਨੀ ਚੰਗੀ ਗੱਲ ਜੇ ਸਤਿਗੁਰੂ ਗੁਰੂ ਅਮਰਦਾਸ ਜੀ ਮਾਰ ਦੇ ਚੂਸਣ ਵਾਸਤੇ ਅੰਬ ਲੈ ਜਾਂ। ਗੁਰੂ ਕੀ ਸੰਗਤ ਅੰਬ ਵਾਲੇ ਨੂੰ ਮਾਫ਼ ਕਰਨ ਨੂੰ ਦੁਕਾਨਦਾਰ ਨੂੰ ਪੈਸੇ ਦਿੱਤੇ ਅਤੇ ਅੰਬ ਲੈ ਲਿਆ। ਹੁਣ ਰਸਤਾ ਆਉਣ ਲੱਗਿਆ ਟਾਈਮ ਲੱਗਣਾ ਸੀ, ਜਦੋਂ ਆਉਣ ਲੱਗਿਆ ਟਾਈਮ ਲੱਗਣਾ ਸੀ ਅਤੇ ਸਾਧ ਸੰਗਤ ਜੀ ਅੰਬ ਨੂੰ ਸੰਭਾਲ ਕੇ ਨਾ ਬੜਾ ਲੈ ਕੇ ਆ ਰਹੇ ਨੇ, ਅਤੇ ਜਦੋਂ ਬਿਆਸਾ ਦਰਿਆ 'ਤੇ ਪੁੱਜੇ ਨਾ ਭਾਈ ਜੇਠਾ ਜੀ, ਅਤੇ ਅੰਬ ਪੱਕ ਕੇ ਅਤੇ ਅੰਬ ਚੋਣ ਲੱਗ ਗਿਆ। ਸੋਚਿਆ ਉਹ ਇਹ ਅੰਬ ਤਾਂ ਗੋਇੰਦਵਾਲ ਸਾਹਿਬ ਨਹੀਂ ਪਹੁੰਚ ਸਕਦਾ। ਫਿਰ ਆਪ ਜੀ ਨੇ ਕੀ ਕੀਤਾ, ਗੁਰੂ ਅਮਰਦਾਸ ਮਹਾਰਾਜ ਦਾ, ਗੁਰੂ ਅਮਰਦਾਸ ਮਹਾਰਾਜ ਦੇ ਸਰੂਪ ਦਾ ਧਿਆਨ ਧਰ ਕੇ ਨਾ ਭਾਈ ਜੇਠਾ ਜੀ ਨੇ ਅੰਬ ਚੂਸਣਾ ਸ਼ੁਰੂ ਕਰ ਦਿੱਤਾ। ਜਦੋਂ ਅੰਬ ਚੂਸਣਾ ਸ਼ੁਰੂ ਕੀਤਾ, ਅੰਬ ਚੂਸਣਾ ਸ਼ੁਰੂ ਕੀਤਾ ਅਤੇ ਅੰਬ ਚੂਸ ਕੇ ਨਾ, ਅਤੇ ਸਾਧ ਸੰਗਤ ਜੀ ਆਪ ਸਾਧ ਪਿੰਡਾਂ ਤੈਅ ਕਰਦੇ, ਜਦੋਂ ਗੋਇੰਦਵਾਲ ਸਾਹਿਬ ਦੀ ਪਾਵਨ ਪੁੱਤਰ ਧਰਤੀ 'ਤੇ ਪੁੱਜੇ, ਉੱਥੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਲੱਗੇ ਕਹਿਣ, ਭਾਈ ਜੇਠਾ ਜੀ ਦੇ ਆਏ ਸਵਾਲਾਂ ਦਾ ਜਵਾਬ, ਮਹਾਰਾਜ ਤੁਹਾਡੀ ਸਭ ਕਿਰਪਾ ਰਹੀ। ਆਖਿਆ, ਮਹਾਰਾਜ ਇੱਕ ਤੁਹਾਡੇ ਵਾਸਤੇ ਭਾਵਨਾ ਦਾ ਚੋਗਾ ਲੈ ਕੇ ਆਇਆ ਸਾਂ, ਅਤੇ ਭਾਈ ਜੇਠਾ ਜੀ ਨੇ ਜਦ ਵੇਖਿਆ ਨਾ ਸੱਚਮੁੱਚ ਜਿਹੜਾ ਚੋਗਾ ਲਾਹੌਰ ਦੇ ਬਾਜ਼ਾਰ ਦੇ ਵਿੱਚ ਖੜ੍ਹੇ ਹੋ ਕੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਪਹਿਨਾਇਆ ਸੀ, ਉਹ ਚੋਗਾ ਸੱਚਮੁੱਚ ਗੁਰੂ ਅਮਰਦਾਸ ਜੀ ਮਹਾਰਾਜ ਪਹਿਣ ਕੇ ਬੈਠੇ ਹੋਏ ਨੇ। ਖਾਲਸਾ ਜੀ, ਗੋਬਿੰਦ ਭਾਉ ਭਗਤ ਕਾ ਭੁੱਖਾ, ਗੁਰੂ ਆਪਣੇ ਸਿੱਖ ਦੇ ਪ੍ਰੇਮ ਦਾ ਭੁੱਖਾ। ਆਖਿਆ, ਮਹਾਰਾਜ ਇਹ ਚੋਗਾ। ਆਖਿਆ ਜੇਠਾ ਜੀ ਤੁਹਾਡਾ ਭਾਵਨਾ ਦਾ ਪਹਿਨਾਇਆ ਚੋਗਾ ਤੁਹਾਨੂੰ ਪ੍ਰਵਾਨ ਹੋ ਗਿਆ। ਆਖਿਆ, ਮਹਾਰਾਜ ਚੋਗਾ ਤਾਂ ਪ੍ਰਵਾਨ ਹੋ ਗਿਆ, ਇੱਕ ਅੰਬ ਲੈ ਕੇ ਆਇਆ ਸਾਂ ਹਜ਼ੂਰ ਦੇ ਛਕਣ ਵਾਸਤੇ, ਉਹ ਅੰਬ ਨਾਲ ਰਸਤੇ ਦੇ ਵਿੱਚ ਜ਼ਿਆਦਾ ਪੱਕ ਕੇ ਅਤੇ ਚੋਣ ਲੱਗ ਪਿਆ ਸੀ, ਮਹਾਰਾਜ ਮੈਂ ਤੁਹਾਡਾ ਧਿਆਨ ਧਰ ਕੇ ਉਹ ਅੰਬ ਚੂਸ ਲਿਆ। ਹਜ਼ੂਰ ਲੱਗੇ ਕਹਿਣ, ਜੇਠਾ ਜੀ ਤੁਹਾਡਾ ਅੰਬ ਵੀ ਸਾਡੇ ਕੋਲ ਪਹੁੰਚ ਗਿਆ। ਆਖਿਆ, ਮਹਾਰਾਜ ਅੰਬ ਪਹੁੰਚ ਗਿਆ। ਅੰਬ ਕਿਵੇਂ ਪਹੁੰਚ ਗਿਆ? ਗੁਰੂ ਸਾਹਿਬ ਕਹਿੰਦੇ ਨੇ ਜੇਠਾ ਜੀ ਹੁਣੇ ਦੱਸ ਦਿੰਦੇ ਹਾਂ। ਗੁਰੂ ਅਮਰਦਾਸ ਜੀ ਮਹਾਰਾਜ ਨੇ ਭਾਈ ਬੱਲੂ ਨੂੰ ਕਹਿਣਾ ਕੀਤਾ, ਭਾਈ ਬੱਲੂ ਇੰਜ ਕਰ, ਭਾਈ ਉਹ ਫਲਾਣੀ ਫਲਾਣੀ ਅਲਮਾਰੀ ਦੇ ਵਿੱਚ ਨਾ ਅੰਬ ਦੀ ਗਿੜਕ ਪਈ ਹੈ, ਉਹ ਅੰਬ ਦੀ ਗਿੜਕ ਚੱਕ ਕੇ ਲਿਆ। ਖਾਲਸਾ ਜੀ ਮਾਫ਼ ਕਰਨਾ, ਅਤੇ ਸਤਿਗੁਰੂ ਪਾਤਸ਼ਾਹ ਦੇ ਕਹਿਣ 'ਤੇ ਭਾਈ ਬੱਲੂ ਜੀ ਜਦ ਕਹਿੰਦੇ ਨੇ ਜਾ ਕੇ ਅਲਮਾਰੀ ਖੋਲ੍ਹੀ ਅਤੇ ਅਲਮਾਰੀ ਦੇ ਵਿੱਚ ਗਿੜਕ ਪਈ ਸੀ। ਜਦੋਂ ਗਿੜਕ ਲੈ ਕੇ ਭਾਈ ਬੱਲੂ ਜੀ ਆਏ ਅਤੇ ਸਤਿਗੁਰੂ ਗੁਰੂ ਅਮਰਦਾਸ ਜੀ ਕਹਿੰਦੇ, ਜੇਠਾ ਜੀ ਪਹਿਚਾਨੋ ਨਾ, ਜਿਹੜਾ ਅੰਬ ਤੁਸੀਂ ਰਸਤੇ 'ਚ ਚੂਸਿਆ ਸੀ ਉਸੇ ਅੰਬ ਦੀ ਗਿੜਕ ਹੈ ਨਾ। ਐਡੀ ਵੱਡੀ ਭਾਵਨਾ ਖਾਲਸਾ ਜੀ, ਸਮਾਂ ਬੀਤਦਾ ਤੁਰਿਆ ਜਾਂਦਾ ਸੀ। ਖਾਲਸਾ ਜੀ ਮਾਫ਼ ਕਰਨਾ, ਬੜੀ ਸ਼ਰਧਾ ਰੱਖ ਕੇ ਸੇਵਾ ਕੀਤੀ। ਗੁਰ ਪੀਰਾਂ ਕੀ ਚਾਕਰੀ, ਮਹਾ ਕਰੜੀ ਸੁਖਸਾਰ, ਕਰਕੇ ਕੋਈ ਵੇਖ ਲੈ ਸੇਵਾ ਤੂੰ ਮਿਲਦਾ ਮੇਵਾ, ਕਰਕੇ ਕੋਈ ਵੇਖ ਲੈ ਸੇਵਾ ਤੂੰ ਮਿਲਦਾ ਮੇਵਾ, ਕਰਕੇ ਕੋਈ ਵੇਖ ਲੈ ਕੋਈ ਵੇਖ ਲੈ ਸੇਵਾ ਤੂੰ ਮਿਲਦਾ ਮੇਵਾ, ਕਰਕੇ ਕੋਈ ਵੇਖ ਲੈ ਸੇਵਾ ਤੂੰ ਮਿਲਦਾ ਮੇਵਾ।
ਸੇਵਾ ਤੂੰ ਮਿਲਦਾ ਮੇਵਾ, ਸੇਵਾ ਤੂੰ ਮਿਲਦਾ ਸੇਵਾ ਤੂੰ ਮਿਲਦਾ, ਸੇਵਾ ਤੂੰ ਮਿਲਦਾ, ਸੇਵਾ ਤੂੰ ਮਿਲਦਾ, ਸੇਵਾ ਤੂੰ ਮਿਲਦਾ ਮੇਵਾ, ਸੇਵਾ ਤੂੰ ਮਿਲਦਾ ਸੇਵਾ ਤੂੰ ਮਿਲਦਾ ਮੇਵਾ, ਸੇਵਾ ਤੂੰ ਮਿਲਦਾ ਮੇਵਾ, ਸੇਵਾ ਤੂੰ ਮਿਲਦਾ ਕਰਕੇ ਕੁਲਾ ਸੇਵਾ ਤੂੰ ਮਿਲਦਾ ਮੇਵਾ, ਕਰਕੇ ਕੋਈ ਵੇਖ ਲੈ ਸੇਵਾ ਤੂੰ ਮਿਲਦਾ ਮੇਵਾ, ਫਿਰ ਤੁਕ ਨਾ ਲੱਗੇ ਆਏ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕ੍ਰਿਸ਼ਨਾ ਬਿਤਾਏ, ਸੇਵਾ ਐ ਤਾਂ ਕਰੜੀ ਇਹਦੇ ਫਲ ਵੀ ਤੇ ਸੁੱਖ ਰੂਪ ਨਿਕਲਦੇ ਨੇ ਖਾਲਸਾ ਦੀ, ਗੁਰਪੀਰਾਂ ਕੀ ਚੱਕਰੀ ਮਹਾ ਕਰੜੀ ਟੁਕਤਾਰ, ਕਿਰਪਾ ਕਰੇ ਜਿਤ ਆਪਣੀ ਤਾ ਲਾਏ ਹਿਤ ਪਿਆਰ, ਸਮਾਂ ਬੀਤਦਾ ਤੁਰਿਆ ਜਾਂਦਾ ਸੀ, ਭਾਈ ਜੇਠਾ ਜੀ ਸਾਰਾ ਦਿਨ 84 ਪੌੜੀਆਂ ਵਾਲੀ ਬੌਲੀ ਦੀ ਖੁਦਾਈ ਸਮੇਂ ਸੇਵਾ ਕਰਨੀ, ਸਾਰੀ ਸਾਰੀ ਰਾਤ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਦੋਵੇਂ ਹੱਥ ਜੋੜ ਕੇ ਕਾਲਤਾ ਦੀ ਸੇਵਾ ਲਈ ਤਿਆਰ ਬਰ ਤਿਆਰ ਹਾਜ਼ਰ ਰਹਿਣਾ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋਈ ਕਰੇ ਚਿਤ ਲਾਏ, ਮਨ ਚ ਲਿਆ ਫਲ ਪਾਵਣਾ ਉਹ ਹਉ ਮੈਂ ਵਿੱਚੂ ਜਾਏ, ਗੁਰੂ ਪਿਆਰਿਓ ਭਾਵੇਂ ਇਹ ਬਚਨ ਬੀਬੀ ਭਾਨੀ ਨੂੰ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਦੇ ਰਹੇ ਦੇ ਚੁੱਕੇ ਸਨ, ਬੀਬੀ ਭਾਨੀ ਦਾ ਪ੍ਰਣ ਸੀ ਖਾਲਸਾ ਦੀ ਅੰਮ੍ਰਿਤ ਵੇਲੇ ਉੱਠ ਕੇ ਦਾਤਨ ਕੁਰਲਾ ਇਸ਼ਨਾਨ ਕਰਨਾ, ਗਰਮੀਆਂ ਦੇ ਦਿਨਾਂ ਵਿੱਚ ਠੰਡੇ ਜਲ ਨਾਲ, ਸਰਦੀਆਂ ਦੇ ਦਿਨਾਂ ਵਿੱਚ ਜਲ ਗਰਮ ਕਰਕੇ ਆਪਣੇ ਬਿਰਧ ਪਿਤਾ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਦਾ ਇਸ਼ਨਾਨ ਕਰਾਉਣਾ, ਗੁਰੂ ਪਿਆਰਿਓ ਕਹਿੰਦੇ ਨੇ ਕੈਸਾ ਸਮਾਂ ਆਇਆ ਅੱਜ ਇਸ਼ਨਾਨ ਕਰਾਉਂਦਾ ਕਰਾਉਂਦਾ ਜਿਸ ਚੌਂਕੀ ਤੇ ਜਿਸ ਪੀੜੇ ਤੇ ਜਿਸ ਚੌਂਕੀ ਤੇ ਬੈਠ ਕੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਇਸ਼ਨਾਨ ਕਰਿਆ ਕਰਦੇ ਸਨ,
ਅੰਮ੍ਰਿਤ ਵੇਲੇ ਦਾ ਸਮਾਂ, ਖਾਲਸਾ ਦੀ ਰਾਤ 1:30 ਵਜੇ ਦਾ ਸਮਾਂ, ਅੰਮ੍ਰਿਤ ਵੇਲਾ, ਸੱਚ ਨਾ ਵਡਿਆਈ ਵਿਚਾਰ, ਕਰਮੀ ਆਵੇ ਕਪੂੜਾ ਉਹ ਨਦਰੀ ਮੁਖ ਦੁਆਰ। ਅੰਮ੍ਰਿਤ ਵੇਲੇ ਦਾ ਸਮਾਂ। ਬੀਬੀ ਭਾਨੀ ਜੀ ਆਪਣੇ ਪਿਤਾ ਦਾ ਜਦੋਂ ਇਸ਼ਨਾਨ ਕਰਵਾ ਰਹੇ ਸਨ, ਅੱਜ ਇਸ਼ਨਾਨ ਕਰਾਉਂਦੇ ਕਰਾਉਂਦੇ ਜਿਸ ਚੌਂਕੀ ਤੇ ਸਤਿਗੁਰੂ ਗੁਰੂ ਅਮਰਦਾਸ ਜੀ ਮਾਰੇ ਬੈਠ ਕੇ ਇਸ਼ਨਾਨ ਕਰਿਆ ਕਰਦੇ ਸਨ, ਉਸ ਚੌਂਕੀ ਦਾ ਖਾਲਸਾ ਦੀ ਇੱਕ ਪਾਵਾ ਟੁੱਟ ਗਿਆ। ਜਦੋਂ ਪਾਵਾ ਟੁੱਟ ਗਿਆ, ਬੀਬੀ ਭਾਨੀ ਜੀ ਨੇ ਬਿਨਾਂ ਸੋਚੇ ਸਮਝੇ ਇੱਕਦਮ ਆਪਣਾ ਗੋਡਾ ਖਾਲਸਾ ਦੀ ਕਹਿ ਲਓ, ਆਪਣਾ ਗੋਡਾ ਖਾਲਸਾ ਦੀ ਮਾਫ ਕਰਨਾ, ਉਸ ਚੌਂਕੀ ਦੇ ਪਾਵੇ ਵਾਲੀ ਥਾਂ ਦੇ ਕਰ ਦਿੱਤਾ। ਉਸ ਚੌਂਕੀ ਦੀਆਂ ਤਿੱਖੀਆਂ ਤੇਜ ਮੇਖਾਂ ਬੀਬੀ ਭਾਨੀ ਜੀ ਦੇ ਪਵਿੱਤਰ ਗੋਡੇ ਦੇ ਵਿੱਚ ਖਾਲਸਾ ਦੀ ਧੱਸ ਗਈਆਂ। ਖੂਨ ਦੀਆਂ ਧਾਰਾਂ ਬਹਿ ਬਹਿ ਕੇ ਖੂਨ ਦੀਆਂ ਧਾਰਾਂ ਵਹਿਣੀਆਂ ਸ਼ੁਰੂ ਹੋ ਗਈਆਂ। ਬੀਬੀ ਭਾਨੀ ਜੀ ਸਤਿਗੁਰੂ ਗੁਰੂ ਅਮਰਦਾਸ ਜੀ ਮਾਰ ਦਾ ਇਸ਼ਨਾਨ ਕਰਵਾ ਰਹੇ ਨੇ, ਅੱਜ ਹਜ਼ੂਰ ਦੇ ਨੇਤਰ ਬੰਦ ਨੇ। ਜਿਵੇਂ ਜਿਵੇਂ ਬੀਬੀ ਭਾਨੀ ਜੀ ਸਤਿਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਸਰੀਰ ਤੇ ਜਲ ਦੇ ਗੜਵੇ ਭਾਪ ਭਰ ਭਰ ਕੇ ਪਾਉਂਦੇ ਨੇ, ਅੱਜ ਖੂਨ ਤੇ ਪਾਣੀ ਦਾ ਰੰਗ ਖਾਲਸਾ ਦੀ ਇੱਕ ਹੋ ਕੇ ਤੁਰਿਆ ਜਾਂਦਾ ਹੈ। ਜਦੋਂ ਪਾਤਸ਼ਾਹ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਇਸ਼ਨਾਨ ਕਰ ਹਟੇ, ਹਜ਼ੂਰ ਦੇ ਨੇਤਰ ਖੁੱਲੇ, ਖਾਲਸਾ ਦੀ ਵੇਖਿਆ ਅੱਜ ਪਾਣੀ ਦਾ ਰੰਗ ਲਾਲ ਕਿਉਂ ਹੈ। ਸਿੱਕੀ ਤਿੱਖੀ ਹੈ ਖੰਡ ਦੀ ਧਾਰ ਨਾਲ, ਤਾਈਓ ਤਾਂ ਕਮਾਉਣੀ ਔਖੀ ਹੈ, ਸਿੱਕੀ ਤਿੱਖੀ ਹੈ ਖੰਡ ਦੀ ਧਾਰ ਨਾਲ, ਤਾਈਓ ਤਾਂ ਕਮਾਉਣੀ ਔਖੀ ਹੈ, ਸਿੱਕੀ ਤਿੱਖੀ ਹੈ ਖੰਡ ਦੀ ਧਾਰ। ਕਮਾਉਣੀ ਔਖੀ ਹੈ, ਸਿੱਕੀ ਤਿੱਖੀ ਹੈ ਖੰਡ ਦੀ ਧਾਰ ਨਾਲ, ਤਾਈਓ ਤਾਂ ਕਮਾਉਣੀ ਔਖੀ ਹੈ, ਉਹ ਤਿੱਖੀ ਹੈ ਖੰਡ ਦੀ ਧਾਰ। ਚਾਲ ਨਰਾਲੀ ਚਾਲਾ ਤਨਰਾਲੀ ਭਗਤਾਂ ਕੇਰੀ, ਇੱਕ ਮਾਰਗ ਚੱਲਣਾ, ਅਮਰ ਜੀਵੜਿਆਂ ਦਾ ਮਾਰਗ ਹੈ। ਇਸ ਮਾਰਗ ਤੇ ਚੱਲਣ ਵਾਲਿਆਂ ਨੂੰ ਜੀਵਨ ਦੀਆਂ ਆਸਾਂ ਛੱਡ ਕੇ ਮੌਤ ਦੇ ਕਫਨ ਬੰਨ ਕੇ ਤੁਰਨਾ ਪੈਂਦਾ। ਖਾਲਸਾ ਜੀ
ਲਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤਾ ਨਹੀਂ ਭੁੱਲਣਾ। ਖਨੁਤ ਕੀ ਬਾਲੋ ਨਿੱਕੀ ਇਹ ਤੂੰ ਮਾਰਗ ਜਾਣਾ। ਸਤਿਗੁਰ ਗੁਰੂ ਅਮਰਦਾਸ ਜੀ ਮਾਰ ਦੇ ਨੇਤਰ ਖੁੱਲੇ, ਅੱਜ ਵੇਖਿਆ ਪਾਣੀ ਦਾ ਰੰਗ ਲਾਲ ਹੈ। ਪੁੱਛਣਾ ਕੀਤਾ ਬੇਟੀ ਭਾਨੀ ਅੱਜ ਪਾਣੀ ਦਾ ਰੰਗ ਲਾਲ ਕਿਉਂ ਹੈ? ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਪਿਤਾ ਜੀ ਅੱਜ ਜਦੋਂ ਹਜ਼ੂਰ ਇਸ ਚੌਂਕੀ ਦਾ ਇਸ਼ਨਾਨ ਕਰਨ ਵਾਸਤੇ ਬੈਠੇ, ਚੌਂਕੀ ਦਾ ਪਾਵਾ ਟੁੱਟ ਗਿਆ। ਮੈਂ ਸੋਚਿਆ ਕਿ ਕਿਤੇ ਬਿਰਧ ਬਾਪੂ ਨੂੰ, ਬਿਰਧ ਪਿਤਾ ਜੀ ਨੂੰ ਚੌਂਕੀ ਤੋਂ ਡਿੱਗ ਕੇ ਚੋਟ ਨਾ ਲੱਗ ਜਾਵੇ। ਪਿਤਾ ਜੀ ਮੈਂ ਇੱਕਦਮ ਆਪਣਾ ਪਵਿੱਤਰ, ਆਪਣਾ ਪੈਰ ਕਹਿ ਲਓ, ਗੋਡਾ ਕਹਿ ਲਓ, ਇਸ ਚੌਂਕੀ ਦੇ ਪਾਵੇ ਵਾਲੀ ਥਾਂ ਤੇ ਕਰ ਦਿੱਤਾ ਪਾਤਸ਼ਾਹ। ਆ ਕੁਝ ਮੇਖਾਂ ਮੇਰੇ ਪੈਰ ਦੇ ਵਿੱਚ, ਮੇਰੇ ਗੋਡੇ ਵਿੱਚ ਧਸ ਗਈਆਂ ਨੇ, ਆ ਕੁਝ ਖੂਨ ਬਹਿ ਰਿਹਾ ਗੋਡੇ ਦੇ ਵਿੱਚੋਂ, ਇਸ ਕਰਕੇ ਪਾਣੀ ਦਾ ਰੰਗ ਲਾਲ ਹੈ। ਨਿਸ਼ਕਾਮ ਸੇਵਾ ਵੇਖ ਕੇ ਬੀਬੀ ਭਾਨੀ ਦੀ, ਦੁਨੀਆਂ ਦੇ ਵਿੱਚ ਬੀਬੀ ਭਾਨੀ ਨੇ ਇੱਕ ਮਿਸਾਲ ਪੈਦਾ ਕਰ ਦਿੱਤੀ ਖਾਲਸਾ ਦੀ। ਇੱਕ ਬੇਟੀ ਵੀ ਆਪਣੇ ਪਿਤਾ ਦੀ ਸੇਵਾ ਕਰਕੇ, ਮਾਫ ਕਰਨਾ, ਆਪਣੇ ਪਿਤਾ ਦਾ ਹੱਕ ਪੈਦਾ ਕਰ ਸਕਦੀ। ਹੱਕ ਕੀ ਪੈਦਾ ਕਰ ਸਕਦੀ? ਇੱਕ ਪਿਤਾ ਦੀ ਗੁਰਤਾ ਗੁਰਗਦੀ ਪ੍ਰਾਪਤ ਕਰਨ ਦਾ ਵਰ ਲੈ ਸਕਦੀ ਖਾਲਸਾ ਦੀ। ਬੀਬੀ ਭਾਨੀ ਨੇ ਦੁਨੀਆਂ ਦੇ ਇਤਿਹਾਸ ਦੇ ਵਿੱਚ ਇੱਕ ਮੋੜ ਲਿਆ ਕੇ ਰੱਖ ਦਿੱਤਾ। ਆਖਿਆ ਪਿਤਾ ਜੀ ਮੈਂ ਸੋਚਿਆ ਕਿਤੇ ਮੇਰੇ ਬਿਰਧ ਬਾਪੂ ਨੂੰ ਇਸ ਚੌਂਕੀ ਤੋਂ ਗਿਰ ਕੇ ਡਿੱਗ ਕੇ ਚੋੜ ਨਾ ਲੱਗ ਜੇ ਪਾਤਸ਼ਾਹ। ਆਪਣਾ ਗੋਡਾ ਪਾਵੇ ਵਾਲੀ ਥਾਂ ਤੇ ਕਰ ਦਿੱਤਾ। ਕੁਝ ਮੇਖਾਂ ਮੇਰੇ ਪੈਰ ਵਿੱਚ ਜਾਂ ਗੋਡੇ ਵਿੱਚ ਧਸ ਗਈਆਂ ਨੇ, ਆ ਖੂਨ ਕੁਝ ਬਹਿ ਰਿਹਾ, ਇਸ ਕਰਕੇ ਪਾਣੀ ਦਾ ਰੰਗ ਲਾਲ ਹੈ। ਆਪਣੀ ਬੇਟੀ ਦੀ ਨਿਸ਼ਕਾਮ ਸੇਵਾ ਤੇ ਖੁਸ਼ ਹੋ ਕੇ ਸਤਿਗੁਰੂ ਗੁਰੂ ਅਮਰਦਾਸ ਮਾਰ ਲੱਗੇ ਕਹਿਣ, ਬੇਟੀ ਭਾਨੀ ਅਸੀਂ ਤੇਰੀ ਸੇਵਾ ਤੇ ਬੜੇ ਖੁਸ਼ ਹਾਂ। ਸਤਿਗੁਰ ਕੀ ਸੇਵਾ ਸਫਲ ਹੈ ਜੋ ਕੋਈ ਕਰੇ ਜਿੱਤ ਲਾਏ। ਆਖਿਆ ਬੇਟੀ ਭਾਨੀ ਤੇਰੀ ਸੇਵਾ ਤੇ ਬੜੇ ਖੁਸ਼ ਹਾਂ, ਅੱਜ ਕੁਝ ਮੰਗ ਲੈ, ਜੋ ਮੰਗੇਗੀ ਤੈਨੂੰ ਗੁਰੂ ਨਾਨਕ ਪਾਤਸ਼ਾਹ ਦੇ ਘਰੋਂ ਦਵਾ ਦਿੱਤਾ ਜਾਵੇਗਾ ਖਾਲਸਾ ਦੀ। ਬੀਬੀ ਭਾਨੀ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਪਾਤਸ਼ਾਹ ਜੀ ਪਿਤਾ ਜੀ ਤੁਹਾਡਾ ਬਖਸ਼ਿਆ ਸਭ ਕੁਝ ਹੈ। ਆਖਿਆ ਬੇਟੀ ਕੁਝ ਮੰਗ ਲੈ, ਤੇਰੀ ਸੇਵਾ ਤੇ ਬੜੇ ਖੁਸ਼ ਹਾਂ, ਪਰ ਮੰਗਣਾ ਵੀ ਤੇ ਕਿਸੇ ਨੂੰ ਆਉਂਦਾ। ਸਿਆਣਿਆਂ ਦੀ ਕਹਾਵਤ, ਅਕਲਾ ਬਾਜੂ ਖੂਹ ਖਾਲੀ। ਅਕਲੀ ਸਾਹਿਬ ਟੇਵੀ ਹੈ, ਅਕਲੀ ਪਾਈਏ ਮਾਨ, ਅਕਲੀ ਪੜ ਕੇ ਬੂਝੀ ਹੈ, ਅਕਲੀ ਕੀ ਜੈ ਤਾਣ। ਬੀਬੀ ਭਾਨੀ ਜੀ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਪਿਤਾ ਜੀ ਕਿਰਪਾ ਕਰੋ ਜੇ ਤੁੱਠੇ ਹੋ ਨਾ, ਜੇ ਮੇਰਾ ਦੇ ਘਰ ਵਿੱਚ ਆਇਓ, ਰਹਿਮਤ ਦੇ ਘਰ ਵਿੱਚ ਆਇਓ। ਪਿਤਾ ਜੀ ਕਿਰਪਾ ਕਰੋ, ਗੁਰੂ ਨਾਨਕ ਪਾਤਸ਼ਾਹ ਦੀ ਸੇਵਾ ਕਰਕੇ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਗੁਰਤਾ ਗੁਰਗੱਦੀ ਪ੍ਰਾਪਤ ਕੀਤੀ ਸੀ। ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਤੇ ਲਕਸ਼ਮੀ ਦਾਸ, ਇਸ ਦਾਸ ਤੂੰ ਵਾਂਝੇ ਰਹਿ ਗਏ ਸਨ। ਗੁਰੂ ਅੰਗਦ ਦੇ ਮਹਾਰਾਜ ਦੀ ਸੇਵਾ ਕਰਕੇ ਪਿਤਾ ਜੀ ਆਪ ਜੀ ਨੇ ਗੁਰਤਾ ਗੁਰਗੱਦੀ ਪ੍ਰਾਪਤ ਕੀਤੀ ਸੀ। ਗੁਰੂ ਅੰਗਦ ਦੇ ਮਹਾਰਾਜ ਦੇ ਸਾਹਿਬਜ਼ਾਦੇ ਦਾਸੂ ਤੇ ਬਾਤੂ, ਮਾਫ ਕਰਨਾ, ਦਾਦੂ ਤੇ ਬਾਦੂ ਵਾਂਝੇ ਰਹਿ ਗਏ ਇਸ ਦਾਸ ਤੋਂ। ਪਿਤਾ ਜੀ ਕਿਰਪਾ ਕਰੋ ਜੇ ਤੁੱਠੇ ਆਉਣਾ,
ਆ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਗੁਰਤਾ ਗੁਰਗੱਦੀ ਜਿਹੜੀ ਘਰ ਦੀ ਘਰ ਵਿੱਚ ਰਹਿ ਜਾਏ। ਕਿਰਪਾ ਕਰ ਦਿਓ, ਕਿਰਪਾ ਕਰ ਦਿਓ, ਘਰ ਦੀ ਘਰ ਵਿੱਚ ਰਹਿ ਜਾ, ਕਰ ਦਿਓ ਕਿਰਪਾ ਕਰ ਦਿਓ, ਘਰ ਦੀ ਘਰ ਵਿੱਚ ਰਹਿ ਜਾ ਕਿਰਪਾ। ਕਿਰਪਾ ਕਰ ਦਿਓ, ਕਿਰਪਾ ਕਰ ਦਿਓ, ਘਰ ਦੇ ਘਰ ਵਿੱਚ ਰਹਿ ਜਾ, ਕਰ ਦਿਓ ਕਿਰਪਾ ਕਰ ਦਿਓ, ਘਰ ਦੇ ਘਰ ਵਿੱਚ ਰਹਿ ਜਾ। ਦੁਨੀਆ ਤੋੜੇ ਬੰਦ ਨਾ ਅਨ ਪਾਣੀ ਥੋੜਾ ਖਾਇਆ। ਪਿਤਾ ਜੀ ਕਿਰਪਾ ਕਰੋ, ਇਹ ਗੁਰਤਾ ਗੁਰਗੱਦੀ ਇਹ ਮੇਰੇ ਘਰ ਦੇ ਵਿੱਚ ਰਹਿ ਜਾ। ਪਾਤਸ਼ਾਹ ਅੰਤਰਜਾਮੀ ਪਾਤਸ਼ਾਹ ਗੁਰੂ ਅਮਰਦਾਸ ਜੀ ਮਾਰ ਲੱਗੇ ਕਹਿੰਦੇ ਬੇਟੀ ਭਾਨੀ ਇਹ ਨਾ ਮੰਗ, ਕੁਝ ਹੋਰ ਮੰਗ ਲੈ। ਇਹ ਵਸਤੂ ਸੇਵਾ ਦੀ ਬੇਟੀ ਭਾਨੀ, ਇਸ ਗੁਰੂ ਨਾਨਕ ਪਾਤਸ਼ਾਹ ਦੀ ਗੁਰਤਾ ਗੁਰਗੱਦੀ ਤੇ ਬੜੀਆਂ ਬੜੀਆਂ ਮੁਸ਼ਕਲਾਤਾਂ ਆਉਣੀਆਂ ਨੇ, ਇਹਨੂੰ ਬੜੇ ਔਕੜਾਂ ਦੇ ਸਮੇਂ ਦੇ ਵਿੱਚੋਂ ਲੰਘਣਾ ਪੈਣਾ। ਬੇਟੀ ਕੁਝ ਹੋਰ ਮੰਗ ਲੈ, ਇਹ ਨਾ ਮੰਗ। ਆਖਿਆ ਨਹੀਂ ਪਿਤਾ ਜੀ ਕਿਰਪਾ ਕਰੋ, ਤੁੱਠਿਓ ਤਾਂ ਇਹ ਗੁਰੂ ਨਾਨਕ ਪਾਤਸ਼ਾਹ ਦੀ ਗੁਰਤਾ ਗੁਰਗੱਦੀ ਮੇਰੇ ਘਰ ਦੀ ਮੇਰੇ ਘਰ ਵਿੱਚ ਰਹੇ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਖਿਆ ਅੰਮ੍ਰਿਤ ਵੇਲੇ ਦਾ ਸਮਾਂ ਚ ਆਖਿਆ, ਬੇਟੀ ਭਾਨੀ ਜਰਾ ਥੋੜੀ ਜੀ ਪੂਰਾ ਆ, ਜਰਾ ਨੇੜੇ ਹੋ। ਜਦੋਂ ਬੀਬੀ ਭਾਨੀ ਜੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਨੇੜੇ ਹੋਏ, ਹਜ਼ੂਰ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣਾ ਪਵਿੱਤਰ ਹੱਥ ਬੀਬੀ ਭਾਨੀ ਦੇ ਸਿਰ ਤੇ ਰੱਖਣਾ ਕੀਤਾ, ਆਉਣ ਵਾਲਾ ਸਮਾਂ ਦਿਖਾਤਾ ਖਾਲਤਾ ਦੀ। ਕੀ ਵੇਖਿਆ ਬੀਬੀ ਭਾਨੀ ਜੀ ਨੇ ਜਦੋਂ ਹਜ਼ੂਰ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣਾ ਪਵਿੱਤਰ ਹੱਥ ਬੀਬੀ ਭਾਨੀ ਜੀ ਦੇ ਸਿਰ ਤੇ ਰੱਖਿਆ, ਕੀ ਵੇਖਿਆ ਬੀਬੀ ਭਾਨੀ ਨੇ ਆਪਣੇ ਸੁਪੁੱਤਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਲਾਹੌਰ ਦੇ ਵਿੱਚ ਤੱਤੀਆਂ ਤਵੀਆਂ ਦੇ ਬੈਠੇ ਤੱਕਿਆ। ਖਾਲਸਾ ਦੀ ਸੜਦੀਆਂ ਬਲਦੀਆਂ ਮੱਚਦੀਆਂ ਰੇਤਾਂ ਦੇ ਕੜਚੇ ਭਰ ਭਰ ਕੇ ਸੀਸ 'ਚ ਪੈਂਦੇ ਤੱਕੇ, ਕਿਤੇ ਡੇਗਾਂ ਦੇ ਵਿੱਚ ਉਬਾਲੇ ਖਾਂਦੇ ਤੱਕਿਆ, ਕੀ ਵੇਖਿਆ ਬੀਬੀ ਭਾਨੀ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੂੰ ਆਪਣੇ ਪੋਤਰੇ ਸਤਿਗੁਰੂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੂੰ ਕਿਤੇ ਜੰਗ ਲੜ ਕਰਦੇ ਦੇਖਿਆ, ਕਿਤੇ ਗਵਾਲੀਅਰ ਕਿਲੇ ਦੀ ਕੈਦ ਦੇ ਅੰਦਰ ਖਾਲਸਾ ਦੀ ਕੈਦੀ ਤੱਕਿਆ। ਪੰਜ ਪਿਆਲੇ ਪੰਜ ਪੀਰ ਛੱਟਮੂ ਪੀਰ ਬੈਠਾ ਗੁਰ ਪਾਰੀ, ਅਰਜਨ ਕਾਇਆ ਪਲਟ ਕਾ ਮੂਰਤ ਹਰਗੋਬਿੰਦ ਤਿਵਾਰੀ। ਕੀ ਵੇਖਿਆ ਬੀਬੀ ਭਾਨੀ ਨੇ ਖਾਲਸਾ ਦੀ, ਕਿਤੇ ਆਪਣੇ ਪੜਪੋਤਰੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਖਾਲਸਾ ਦੀ ਦਿੱਲੀ ਦੇ ਵਿੱਚ, ਦਿੱਲੀ ਦੇ ਚਾਂਦਨੀ ਚੌਂਕ ਬਾਜ਼ਾਰ ਦੇ ਅੰਦਰ ਸ਼ਰੇ ਆਮ ਹਿੰਦੂ ਧਰਮ ਦੀ ਰੱਖਿਆ ਵਾਸਤੇ ਸੀਸ ਦਿੰਦੇ ਤੱਕਿਆ,
ਧਰਮ ਹਿਤ ਤਾਕਾ ਜਿਨ ਕੀਆ ਸੀਸ ਦੀਆ ਪਰ ਸਰਨ ਦੀਆ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬੜੋ ਕਲੂ ਮੈਂ ਤਾਕਾ ਕੀ ਵੇਖਿਆ ਬੀਬੀ ਭਾਨੀ ਨੇ ਆਹਾ ਕਿਤੇ ਕਲਗੀਧਰ ਪਾਤਸ਼ਾਹ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦੇ ਤੱਕਿਆ ਕੀ ਵੇਖਿਆ ਬੀਬੀ ਭਾਨੀ ਨੇ ਕਿਤੇ ਹਜ਼ੂਰ ਗੁਰੂ ਗੋਬਿੰਦ ਸਮਾਰ ਦੇ ਪਰਿਵਾਰ ਦਾ ਸਰਸਾ ਦੇ ਕੰਢੇ ਤੇ ਵਿਛੋੜਾ ਪੈਂਦਾ ਤੱਕਿਆ ਖਾਲਸਾ ਦੀ ਕੀ ਵੇਖਿਆ ਬੀਬੀ ਭਾਨੀ ਨੇ ਜਦੋਂ ਹਜ਼ੂਰ ਨੇ ਬੀਬੀ ਭਾਨੀ ਜੀ ਦੇ ਪਵਿੱਤਰ ਸੀਸ ਤੇ ਆਪਣਾ ਪਵਿੱਤਰ ਹੱਥ ਰੱਖਿਆ ਕੀ ਵੇਖਿਆ ਬੀਬੀ ਭਾਨੀ ਨੇ ਕਿਤੇ ਚੜ੍ਹਦੀ ਜਵਾਨੀ ਅਜੀਤ ਤੇ ਝੁਝਾਰ ਸਿੰਘ ਵਰਗੇ ਗੁਰੂ ਕੀ ਟੰਗਤ ਗੁਰੂ ਕਲਗੀਧਰ ਪਾਤਸ਼ਾਹ ਦੇ ਲਾਲਾ ਨੂੰ ਗਲੀ ਚਮਕੌਰ ਦੇ ਅੰਦਰ ਸ਼ਹੀਦੀਆਂ ਪਾਉਂਦੇ ਤੱਕਿਆ ਜਦੋਂ 7 ਤੇ 9 ਸਾਲ ਦੇ ਮਾਸੂਮ ਬਾਬਾ ਫਤਿਹ ਸਿੰਘ ਤੇ ਬਾਬਾ ਜ਼ੋਰਾਵਰ ਸਿੰਘ ਜੀ ਮਹਾਰਾਜ ਨੂੰ ਸਰਹੰਦ ਦੀ ਖੂਨੀ ਦੀਵਾਰ ਦੇ ਅੰਦਰ ਚਿਣੀਂਦੇ ਤੱਕਿਆ ਬੀਬੀ ਭਾਨੀ ਦੀਆਂ ਧਾਹਾਂ ਨਿਕਲ ਗਈਆਂ ਬੁੱਬ ਨਿਕਲ ਗਈ ਧਾਹ ਨਿਕਲ ਗਈ ਸਤਿਗੁਰ ਗੁਰੂ ਅਮਰਦਾਸ ਮਰ ਲੱਗੇ ਕਹਿਣ ਬੇਟੀ ਇਹਦੇ ਤੇ ਇਹੋ ਜਿਹੀਆਂ ਬੜੀਆਂ ਮੁਸ਼ਕਲਾਤਾਂ ਆਉਣੀਆਂ ਨੇ ਇਹ ਨਾ ਮੰਗ ਬੀਬੀ ਭਾਨੀ ਜੀ ਦੀ ਧਾਹ ਨਿਕਲ ਗਈ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਪਿਤਾ ਜੀ ਮੈਂ ਸਭ ਕੁਝ ਸਹਿਲਾਂਗੀ ਪਰ ਕਿਰਪਾ ਕਰ ਦਿਓ ਘਰ ਦੀ ਘਰ ਵਿੱਚ ਰਹਿ ਜਾਏ ਕਿਰਪਾ ਕਰ ਦਿਓ ਕਿਰਪਾ ਕਰ ਦਿਓ ਘਰ ਦੀ ਘਰ ਵਿੱਚ ਰਹਿ ਜਾਏ ਕਰ ਦਿਓ ਕਿਰਪਾ ਕਰ ਦਿਓ ਤਨ ਤੋ ਕੀ ਜਿਨੀ ਸੱਚੋ ਤੱਜਤੀ ਆਇਆ ਉਹਨੀ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਆਖਿਆ ਪਿਤਾ ਜੀ ਕਿਰਪਾ ਕਰੋ ਘਰ ਦੀ ਘਰ ਵਿੱਚ ਰਹਿ ਜਾ ਸਤਿਗੁਰ ਗੁਰੂ ਅਮਰਦਾਸ ਮਾਰ ਲੱਗੇ ਕਹਿਣ ਬੇਟੀ ਭਾਨੀ ਜਾ ਗੁਰੂ ਨਾਨਕ ਪਾਤਸ਼ਾਹ ਦੀ ਗੁਰਤਾ ਗੁਰਗੱਦੀ ਰਹੂਗੀ ਤਾਂ ਤੇਰੇ ਘਰ ਪਰ ਬੇਟੀ ਇਹ ਵਸਤੂ ਸੇਵਾ ਦੀ ਹੈ ਇਹ ਵਸਤੂ ਸੇਵਾ ਕਰਕੇ ਮਿਲਦੀ ਹੈ ਦਾਤ ਸੇਵਾ ਦੀ ਹੈ ਪਰ ਬੇਟੀ ਭਾਨੀ ਇਹਨੂੰ ਘਰ ਵਿੱਚ ਵੀ ਉਹ ਪ੍ਰਾਪਤ ਕਰੇਗਾ ਜਿਹੜਾ ਸੇਵਾ ਕਰੇਗਾ ਦੂਸਰਾ ਪ੍ਰਾਪਤ ਨਹੀਂ ਕਰ ਸਕੇਗਾ ਕਿਉਂਕਿ ਇਹ ਵਸਤੂ ਸੇਵਾ ਦੀ ਹੈ ਭਾਵੇਂ ਸਤਿਗੁਰ ਗੁਰੂ ਅਮਰਦਾਸ ਜੀ ਮਹਾਰਾਜ ਬੀਬੀ ਭਾਨੀ ਜੀ ਨੂੰ ਇਹ ਵਰ ਦੇ ਚੁੱਕੇ ਸਨ ਇਹ ਗੁਰਤਾ ਗੁਰਗੱਦੀ ਤੇਰੇ ਘਰ ਦੀ ਘਰ ਵਿੱਚ ਰਹੇਗੀ ਸਤਿਗੁਰੂ ਪਾਤਸ਼ਾਹ ਜੀ ਦੇ ਮਾਫ ਕਰਨਾ ਤਦਗੁਰੂ ਪਾਤਸ਼ਾਹ ਜੀ ਦੀਆਂ ਦੋ ਬੇਟੀਆਂ ਸਨ ਬੀਬੀ ਭਾਨੀ ਭਾਈ ਜੇਠਾ ਜੀ ਨੂੰ ਤੇ ਬੀਬੀ ਦਾਨੀ ਭਾਈ ਰਾਮਾ ਜੀ ਨੂੰ ਵਿਆਹੀ ਹੋਈ ਸੀ ਖਾਲਸਾ ਦੀ ਸੰਗਤਾਂ ਦੇਖ ਰਹੀਆਂ ਸਨ ਕਿ ਜਿਵੇਂ ਗੁਰੂ ਨਾਨਕ ਦੇ ਪੁੱਤਰ ਗੁਰੂ ਨਾਨਕ ਪਾਤਸ਼ਾਹ ਤੂੰ ਫਾਇਦਾ ਨਹੀਂ ਉਠਾ ਸਕੇ ਜਿਵੇਂ ਗੁਰੂ ਅੰਗਦ ਦੇ ਮਰ ਦੇ ਸਾਹਿਬਜ਼ਾਦੇ ਗੁਰੂ ਅੰਗਦ ਦੇ ਮਰ ਤੂੰ ਫਾਇਦਾ ਨਹੀਂ ਉਠਾ ਸਕੇ ਇਵੇਂ ਗੁਰੂ ਅਮਰਦਾਸ ਮਾਰ ਦੇ ਸਪੁੱਤਰ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਇਹ ਗੁਰੂ ਘਰ ਦੀ ਸੇਵਾ ਵਿੱਚ ਕੋਈ ਰੁਚੀ ਨਹੀਂ ਰੱਖਦੇ ਕੋਈ ਇੰਟਰਸਟ ਨਹੀਂ ਲੈਂਦੇ ਸੰਗਤਾਂ ਦੇ ਵਿੱਚ ਇੱਕ ਦਿਨ ਵਿਚਾਰ ਚੱਲ ਪਈ ਮਾਫ ਕਰਨਾ ਸੰਗਤ ਦੋ ਹਿੱਸਿਆਂ 'ਚ ਵੰਡੀ ਗਈ ਇੱਕ ਹਿੱਸੇ ਦੀ ਸੰਗਤ ਕਹਿ ਰਹੀ ਸੀ
ਪਹਿਲਾਂ ਤਾਂ ਸਾਰੀ ਸੰਗਤ ਨੇ ਗੱਲ ਕਹੀ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਪੁੱਤਰਾਂ ਤੇ ਗੁਰਤਾ ਗੁਰ ਪੁੱਤਰਾਂ ਦੇ ਤੇ ਗੁਰਤਾ ਗੁਰਗਦੀ ਦੀ ਬਖਸ਼ਿਸ਼ ਨਾ ਕਰਕੇ ਭਾਈ ਜੇਠਾ ਜੀ ਤੇ ਭਾਈ ਰਾਮਾ ਜੀ ਦੋਨਾਂ ਦੇ ਵਿੱਚੋਂ ਕਿਸੇ ਇੱਕ ਤੇ ਗੁਰਤਾ ਗੁਰਗਦੀ ਦੀ ਬਖਸ਼ਿਸ਼ ਕਰਨਗੇ ਖਾਲਸਾ ਜੀ। ਸੰਗਤ ਦੋ ਹਿੱਸਿਆਂ 'ਚ ਵੰਡੀ ਗਈ। ਇੱਕ ਹਿੱਸਾ ਦੀ ਸੰਗਤ ਕਹਿ ਰਹੀ ਸੀ ਭਾਈ ਜੇਠਾ ਜੀ ਬੜੀ ਸੇਵਾ ਕਰਦੇ ਨੇ, ਨਾ ਦਿਨ ਦੇਖਦੇ ਨੇ ਨਾ ਰਾਤ ਦੇਖਦੇ ਨੇ। ਗੁਰੂ ਅਮਰਦਾਸ ਜੀ ਮਹਾਰਾਜ ਭਾਈ ਰਾਮਾ ਜੀ ਨੂੰ ਗੁਰਤਾ ਗੁਰਗਦੀ ਦੀ ਬਖਸ਼ਿਸ਼ ਨਾ ਕਰਕੇ ਭਾਈ ਜੇਠਾ ਜੀ ਨੂੰ ਗੁਰਤਾ ਗੁਰਗਦੀ ਦੀ ਬਖਸ਼ਿਸ਼ ਕਰਨਗੇ। ਪਰ ਦੂਜੇ ਹਿੱਸੇ ਦੀ ਸੰਗਤ ਕਹਿ ਰਹੀ ਸੀ ਲਓ ਭਾਈ ਰਾਮਾ ਕਿਤੇ ਘੱਟ ਸੇਵਾ ਕਰਦਾ, ਗੁਰੂ ਤਾਂ ਭਾਈ ਜੇਠਾ ਜੀ ਨੂੰ ਗੁਰਤਾ ਗੁਰਗਦੀ ਦੀ ਬਖਸ਼ਿਸ਼ ਨਾ ਕਰਕੇ ਭਾਈ ਰਾਮਾ ਜੀ ਤਾਂ ਗੁਰਤਾ ਗੁਰਗਦੀ ਦੀ ਬਖਸ਼ਿਸ਼ ਕਰਨਗੇ। ਸੰਗਤ ਦੇ ਵਿੱਚ ਵਾਦ ਵਾਦ ਪੈਦਾ ਹੋ ਗਿਆ। ਕੁਝ ਸਿਆਣੇ ਬੰਦੇ ਵੀ ਹੁੰਦੇ ਨੇ ਕਹਿਣ ਲੱਗੇ ਭਾਈ ਕਿਹੜੀ ਗੱਲ ਪਿੱਛੇ ਲੜਦੇ ਹੋ, ਚਲੋ ਆਪਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਚੱਲ ਕੇ ਬੇਨਤੀ ਕਰਦੇ ਹਾਂ। ਖਾਲਸਾ ਜੀ ਮਹਾਰਾਜ ਆ ਭਾਈ ਜੇਠਾ ਜੀ ਤੇ ਭਾਈ ਰਾਮਾ ਜੀ ਦੋਨਾਂ ਦੇ ਵਿੱਚੋਂ ਕਿਸ ਤੇ ਗੁਰਤਾ ਗੁਰਗਦੀ ਦੀ ਬਖਸ਼ਿਸ਼ ਕਰੋਗੇ? ਪਰ ਖਾਲਸਾ ਜੀ ਕਬੀਰ ਕਟੌਤੀ ਰਾਮ ਕੀ ਝੂਠਾ ਟਿਕੇ ਨਾ ਕੋਈ, ਰਾਮ ਕਟੌਤੀ ਸੋਚ ਹੈ ਜੋ ਮਰਜੀ ਵਾ ਹੋਏ। ਸਾਰੀ ਸੰਗਤ ਇਕੱਠੀ ਹੋ ਕੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ 'ਚ ਪੁੱਜੀ, ਨਮਸਕਾਰ ਕਰਕੇ ਸੰਗਤ ਦੋਵੇਂ ਹੱਥ ਜੋੜ ਕੇ ਖੜੀ ਹੋ ਗਈ। ਅੰਤਰਜਾਮੀ ਪਾਤਸ਼ਾਹ ਲੱਗੇ ਕਰ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਕੀ ਗੱਲ ਹੈ, ਕੀ ਪੁੱਛਣਾ ਚਾਹੁੰਦੇ ਹੋ? ਸੰਗਤ ਨੇ ਬੇਨਤੀ ਕੀਤੀ ਪਾਤਸ਼ਾਹ ਇਹਦੇ ਵਿੱਚ ਕੋਈ ਸ਼ੱਕ ਨਹੀਂ, ਮਹਾਰਾਜ ਜਿਵੇਂ ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰ ਗੁਰੂ ਨਾਨਕ ਤੋਂ, ਗੁਰੂ ਅੰਗਦ ਦੇ ਮਹਾਰਾਜ ਦੇ ਸਪੁੱਤਰ ਗੁਰੂ ਅੰਗਦ ਦੇ ਮਹਾਰਾਜ ਤੋਂ ਫਾਇਦਾ ਨਹੀਂ ਉਠਾ ਸਕੇ, ਮਹਾਰਾਜ ਇਹ ਗੱਲ ਸਾਫ ਯਾਰ ਹੈ ਕਿ ਹਜ਼ੂਰ ਦੇ ਪੁੱਤਰ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਆਪ ਜੀ ਤੋਂ ਫਾਇਦਾ ਨਹੀਂ ਉਠਾ ਸਕਣਗੇ ਕਿਉਂਕਿ ਇਹ ਗੁਰੂ ਘਰ ਦੀ ਸੇਵਾ ਨਹੀਂ ਕਰਦੇ। ਮਹਾਰਾਜ ਸਾਡੇ ਮਨ ਦਾ ਕਿ ਸ਼ੰਕ ਹੈ, ਭਾਈ ਜੇਠਾ ਜੀ ਬੜੀ ਸੇਵਾ ਕਰਦੇ ਨੇ, ਦੂਜੇ ਪਾਸੇ ਭਾਈ ਰਾਮਾ ਵੀ ਘੱਟ ਨਹੀਂ, ਕਿਰਪਾ ਕਰਕੇ ਦੱਸੋ ਇਹਨਾਂ ਦੋਨਾਂ ਦੇ ਵਿੱਚੋਂ ਆਪ ਕਿਹਦੇ ਤੇ ਗੁਰਤਾ ਗੁਰਗਦੀ ਦੀ ਬਖਸ਼ਿਸ਼ ਕਰੋਗੇ, ਰਹਿਮ ਤੇ ਨਜ਼ਰ ਕਰੋਗੇ? ਖਾਲਸਾ ਜੀ ਅੰਤਰਜਾਮੀ ਗੁਰੂ ਅਮਰਦਾਸ ਮਾਰ ਲੱਗੇ ਕਹਿਣ ਸਿੱਖੋ ਤੁਸੀਂ ਬਹੁਤ ਵੱਡਾ ਸਵਾਲ ਅੱਗੇ ਰੱਖ ਦਿੱਤਾ, ਇਹ ਸਵਾਲ ਦਾ ਜਵਾਬ ਤੁਹਾਨੂੰ ਅੱਜ ਤੂੰ ਅੱਠਵੇਂ ਨੂੰ ਦਿੱਤਾ ਜਾਏਗਾ। ਪੰਡਪ ਅੰਮ੍ਰਿਤ ਤਿਤ ਟਾਲ ਕੜੀਏ ਤਬਦ ਸੱਚੀ ਟਕਤਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਅਜੂਰ ਲੱਗੇ ਕਹਿਣ ਸਿੱਖੋ ਇਹ ਸਵਾਲ ਦਾ ਜਵਾਬ ਅੱਜ ਤੂੰ ਅੱਠਵੇਂ ਨੂੰ ਦਿੱਤਾ ਜਾਏਗਾ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਦੂਜੇ ਦਿਨ ਭਾਈ ਜੇਠਾ ਜੀ ਤੇ ਭਾਈ ਰਾਮਾ ਜੀ ਨੂੰ ਦੋਨਾਂ ਨੂੰ ਬੁਲਾਉਣਾ ਕੀਤਾ, ਆਖਿਆ ਪ੍ਰੇਮੀਓ ਸਾਡਾ ਸਰੀਰ ਬਿਰਧ ਹੋ ਗਿਆ, 94 ਵਰੇ ਦੀ ਉਮਰ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਦੀ ਸਰੀਰਕ ਉਮਰ ਹੋਣ ਵਾਲੀ ਸੀ। ਆਖਿਆ ਭਾਈ ਜੇਠਾ ਜੀ ਜਦੋਂ ਅਸੀਂ 84 ਪੌੜੀਆਂ ਵਾਲੀ ਬੌਲੀ ਦੀ ਕਾਰ ਸੇਵਾ ਵੇਖਣ ਵਾਸਤੇ ਆਉਂਦੇ ਹਾਂ, ਸਾਡੇ ਪਾਸੋਂ ਬਹੁਤਾ ਸਮਾਂ ਇੱਥੇ ਖਲੋਤਾ ਨਹੀਂ ਜਾਂਦਾ। ਆਖਿਆ ਭਾਈ ਜੇਠਾ ਜੀ ਭਾਈ ਰਾਮਾ ਜੀ ਸਾਡੇ ਬੈਠਣ ਵਾਸਤੇ
ਇੱਕ ਇੱਕ ਥੜਾ ਬਣਾਓ, ਇੰਨੇ ਫੁੱਟ ਉਚਾਈ ਹੋਵੇ, ਇੰਨੀ ਚੌੜਾਈ ਹੋਵੇ, ਇੰਨੀ ਲੰਬਾਈ ਹੋਵੇ। ਆਖਿਆ ਸੱਤ ਬਚਨ, ਗੁਰ ਕੇ ਗ੍ਰਹ ਸਬੁਕ ਜੋ ਰਹ ਗੁਰ ਕੀ ਆਗਿਆ ਮਨ ਮੈਂ ਸਹਿ। ਭਾਈ ਜੇਠਾ ਜੀ ਤੇ ਭਾਈ ਰਾਮਾ ਜੀ ਦੋਵੇਂ ਪੂਰਾ ਤਾਣ ਲਾ ਕੇ ਜੋੜ ਥੜੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸਾਰਾ ਦਿਨ ਗੁਰੂ ਕੇ ਟੰਗ ਥੜੇ ਬਣਾਉਂਦਿਆਂ ਨਿਕਲ ਗਿਆ। ਜਦੋਂ ਥੜੇ ਤਿਆਰ ਹੋ ਗਿਆ ਤੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਥੜਿਆਂ ਨੂੰ ਵੇਖਣ ਵਾਸਤੇ ਆਏ ਹੋ ਤਾਂ ਜੀਵਨ ਦੀ ਪ੍ਰੀਖਿਆ ਸੀ ਖਾਲਸਾ ਦੀ। ਹਜ਼ੂਰ ਭਾਈ ਰਾਮਾ ਜੀ ਦੇ ਥੜੇ ਦੇ ਕੋਲ ਪੁੱਜੇ, ਥੜੇ ਨੂੰ ਵੇਖ ਕੇ ਪਾਤਸ਼ਾਹ ਲੱਗੇ, ਕਹਿੰਦਾ ਰਾਮਿਆਂ ਤੇਰਾ ਥੜਾ ਭਾਈ ਚੰਗਾ ਨਹੀਂ ਬਣਿਆ, ਜਿਹੋ ਜਿਹਾ ਥੜਾ ਤੁਹਾਨੂੰ ਚਾਹੀਦਾ। ਰਾਮਿਆਂ ਉਹਦੇ ਮੁਤਾਬਕ ਥੜਾ ਨਹੀਂ ਬਣਿਆ, ਥੜੇ ਨੂੰ ਢਾ ਦੇ। ਭਾਈ ਰਾਮਾ ਕਹਿੰਦਾ ਪਾਤਸ਼ਾਹ ਥੜੇ ਵਿੱਚ ਕੋਈ ਕਮੀ ਨਹੀਂ, ਤੁਹਾਡੇ ਵੇਖਣ ਵਿੱਚ ਫਰਕ ਹੈ। ਪਾਤਸ਼ਾਹ 94 ਸਾਲ ਦੀ ਉਮਰ ਹੋ ਗਈ ਆਪ ਜੀ ਦੀ, ਇਸ ਉਮਰ ਵਿੱਚ ਤਾਂ ਨਜ਼ਰ ਵੀ ਕੁਝ ਕਮਜ਼ੋਰ ਹੋ ਜਾਂਦੀ ਖਾਲਸਾ ਦੀ। ਸਿਆਣਪ ਖੜੀ ਸੀ, ਸੱਚ ਅਨੁਪ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿਮਤ ਜਿਆਰਾ ਹੋਈਏ ਕਿਮ ਕੂੜੇ ਟੁੱਟੇ ਪਾਲ। ਆਹ ਜਿੱਥੇ ਸਿਆਣਪ ਹੈ ਉੱਥੇ ਸੌ ਨਹੀਂ, ਜਿੱਥੇ ਸੌ ਹੈ ਉੱਥੇ ਸਿਆਣਪ ਨਹੀਂ। ਸੌ ਨੂੰ ਪਾਉਣ ਵਾਸਤੇ ਸਿਆਣਪ ਨੂੰ ਗਵਾਉਣਾ ਪੈਂਦਾ। ਆਪ ਗਵਾਈਏ ਤਾਂ ਸੌ ਪਾਈਏ। ਆਖਿਆ ਪਾਤਸ਼ਾਹ ਤੁਹਾਡੇ ਵੇਖਣ ਵਿੱਚ ਫਰਕ ਹੈ, ਵੇਖੋ ਥੜਾ ਕਿੰਨਾ ਚੰਗਾ ਬਣਿਆ। ਅੰਤਰਜਾਮੀ ਪਾਤਸ਼ਾਹ ਲੱਗੇ ਕਹਿੰਦਾ ਰਾਮਿਆ ਥੜਾ ਢਾ ਦੇ, ਤੈਨੂੰ ਜੋ ਆਖਿਆ ਥੜਾ ਚੰਗਾ ਨਹੀਂ ਬਣਿਆ। ਹਜ਼ੂਰ ਜਦ ਬਚਨ ਕੀਤਾ ਤੇ ਭਾਈ ਰਾਮੇ ਨੇ ਥੜਾ ਢਾ ਤਾ। ਹਜ਼ੂਰ ਭਾਈ ਜੇਠਾ ਜੀ ਦੇ ਪਾਸ ਪੁੱਜੇ ਨੇ, ਆਖਿਆ ਜੇਠਾ ਜੀ ਤੁਹਾਡਾ ਥੜਾ ਤੇ ਭਾਈ ਰਾਮਾ ਜੀ ਦੇ ਨਾਲੋਂ ਵੀ ਭੈੜਾ ਬਣਿਆ, ਚੰਗਾ ਨਹੀਂ ਬਣਿਆ। ਅਵਗੁਣ ਪਰ ਇੱਕ ਗੁਣ ਨਹੀਂ, ਅਵਗੁਣ ਭਰੇ ਇੱਕ ਗੁਣ ਨਹੀਂ, ਅਵਗੁਣ ਭਰੇ ਇੱਕ ਗੁਣ। ਗੁਣ ਪਰ ਇੱਕ ਗੁਣ ਨਾਹੀ, ਅੰਮ੍ਰਿਤ ਛੱਡ ਬਿਕੈ ਬਿਕ ਕਾਈ। ਆਖਿਆ ਗਰੀਬ ਨਵਾਜ ਮੇਰੀ ਮਤ ਥੋੜੀ ਹੈ, ਅੰਤਰਜਾਮੀ ਪਾਤਸ਼ਾਹ ਕਰਨ ਜੇਠਿਆ ਤੇਰਾ ਥੜਾ ਚੰਗਾ ਨਹੀਂ ਬਣਿਆ, ਢਾ ਦੇ। ਆਖਿਆ ਤੇਰਾ ਥੜਾ ਤਾਂ ਸਗੋਂ ਭਾਈ ਰਾਮਾ ਜੀ ਨਾਲੋਂ ਵੀ ਭੈੜਾ ਬਣਿਆ, ਮਾੜਾ ਬਣਿਆ, ਢਾ ਦੇ। ਆਖਿਆ ਪਾਤਸ਼ਾਹ ਸਰਬੱਗ ਨੂੰ ਅਨਪੱਗ ਕੀ ਸਮਝ ਸਕਦਾ। ਆਖਿਆ ਪਾਤਸ਼ਾਹ ਕਿਰਪਾ ਕਰੋ, ਆਪ ਜੀ ਨੂੰ ਜਿਹੋ ਦਾ ਥੜਾ ਚਾਹੀਦਾ ਮੇਰੇ ਹਿਰਦੇ ਵਿੱਚ ਬਹਿ ਕੇ ਉਹਦੇ ਮੁਤਾਬਕ ਥੜਾ ਬਣਾ ਲਓ ਖਾਲਸਾ। ਖਾਲਸਾ ਜੀ, ਆਖਿਆ ਪਾਤਸ਼ਾਹ ਇਹ ਜੀਵ ਆਪ ਜੀ ਦੇ
ਬਚਨਾਂ ਨੂੰ ਕੀ ਸਮਝ ਸਕਦਾ? ਆਖਿਆ ਜੇਠਿਆ ਥੜਾ ਢਾ ਦੇ, ਥੜਾ ਢਵਾਤਾ ਗਿਆ ਖਾਲਸਾ ਜੀ। ਦੂਜੇ ਦਿਨ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਨੇ ਫਿਰ ਥੜੇ ਬਣਾਏ। ਆਹ ਅੱਜ ਸ਼ਾਮ ਦਾ ਸਮਾਂ ਤੇ ਸਤਿਗੁਰੂ ਗੁਰੂ ਅਮਰਦਾਸ ਜੀ ਮਾਰ ਫਿਰ ਆਏ। ਭਾਈ ਰਾਮਾ ਜੀ ਦੇ ਥੜੇ ਨੂੰ ਵੇਖ ਕੇ ਕਹਿੰਦੇ ਰਮਿਆ, ਉਹ ਭਾਈ ਰਾਮਿਆ ਤੇਰਾ ਥੜਾ ਅੱਜ ਵੀ ਚੰਗਾ ਨਹੀਂ ਬਣਿਆ, ਵੱਧ ਘੱਟ ਲੱਗ ਗਿਆ ਬੋਲਣ ਪਾਤਸ਼ਾਹ, ਕਮਾਲ ਦੀ ਗੱਲ, ਥੜਾ ਚੰਗਾ ਨਹੀਂ ਬਣਿਆ, ਕੀ ਕਮੀ ਇਹਦੇ ਚ? ਇਹੀ ਤਾਂ ਕਮੀ ਸੀ। ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਇਕ ਨਾ ਸਰੈ, ਇਹੀ ਤੇ ਕਮੀ ਸੀ। ਅਜੇ ਮੈਂ ਖੜੀ ਸੀ, ਅਜੇ ਹੋਮ ਮੈਂ ਖੜੀ ਸੀ, ਅਜੇ ਸਿਆਣਪ ਖੜੀ ਸੀ। ਆਖਿਆ ਰਾਮਿਆ ਤੈਨੂੰ ਕਿਹਾ ਥੜਾ ਚੰਗਾ ਨਹੀਂ ਬਣਿਆ, ਥੜਾ ਢਾ ਦੇ। ਆਹ ਭਾਈ ਰਾਮਾ ਦਾ ਥੜਾ ਢਾ ਦੇਣਾ, ਪਰ ਹੁਣ ਯਾਦ ਰੱਖਿਓ ਪਾਤਸ਼ਾਹ ਤੀਜੀ ਵਾਰੀ ਥੜਾ ਮੈਂ ਨਹੀਂ ਜੇ ਬਣਾਉਣਾ। ਕਮਾਲ ਦੀ ਗੱਲ ਹੈ, ਕੱਲ ਵੀ ਥੜਾ ਢਵਾਤਾ, ਅੱਜ ਵੀ ਢਵਾਤਾ। ਗੁਰੂ ਪਿਆਰੇ ਉਹ ਥੜਾ ਢਵਾਤਾ ਗਿਆ, ਪੂਜੇ ਨੇ ਭਾਈ ਜੇਠਾ ਜੀ ਦੇ ਪਾਸ। ਸਤਿਗੁਰ ਪਾਤਸ਼ਾਹ ਲੱਗੇ ਕਹਿਣ, ਜੇਠਿਆ ਕਮਾਲ ਦੀ ਗੱਲ, ਤੇਰਾ ਥੜਾ ਅੱਜ ਵੀ ਕੱਲ ਨੂੰ ਮਾੜਾ ਬਣਿਆ। ਆਣੀ ਬਾਲੀ ਕਿਆ ਕਰੇ ਜੰਤ ਕੰਤ ਨ ਪਾਵੇ, ਕਰਨ ਭਲਾ ਕਰੇ ਬਹੁ ਤੇਰੇ ਸਾਤਨ ਮਹਿਲ ਨ ਪਾਵੇ। ਪਾਤਸ਼ਾਹ ਮਤ ਥੋੜੀ ਹੈ, ਗਰੀਬ ਨੂੰ ਅੱਜ ਕਿਰਪਾ ਕਰੋਗੇ ਜਿਹੋ ਜਿਹਾ ਥੜਾ ਆਪ ਨੂੰ ਚਾਹੀਦਾ, ਕਿਰਪਾ ਕਰਕੇ ਆਪ ਹੀ ਬਣਵਾ ਲਓ। ਥੜਾ ਢਵਾਤਾ ਗਿਆ, ਇਤਿਹਾਸ ਦੱਸਦਾ ਤੀਜੇ ਦਿਨ ਭਾਈ ਰਾਮਾ ਤੇ ਥੜਾ ਬਣਾਉਣਾ ਛੱਡ ਗਿਆ। ਸੱਤ ਵਾਰੀ ਕਹਿੰਦੇ ਨੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਭਾਈ ਜੇਠਾ ਜੀ ਪਾਸੋਂ ਥੜੇ ਬਣਵਾਏ ਤੇ ਸੱਤ ਵਾਰੀ ਢਵਾਏ, ਅੱਠਵਾਂ ਦਿਨ ਆ ਗਿਆ। ਅੱਜ ਭਾਈ ਜੇਠਾ ਜੀ ਜਦੋਂ ਅੱਠਵੀਂ ਵਾਰੀ ਥੜਾ ਬਣਾ ਰਹੇ ਨੇ, ਅੰਤਰਜਾਮੀ ਪਾਤਸ਼ਾਹ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਭਾਈ ਜੇਠਾ ਜੀ ਦੇ ਪਿਛਲੇ ਪਾਸੇ ਜਾ ਕੇ ਖੜੇ ਹੋ ਗਏ। ਭਾਈ ਜੇਠਾ ਜੀ ਥੜਾ ਬਣਾ ਰਹੇ ਨੇ, ਥੜੇ ਬਣਦੇ ਨੂੰ ਵੇਖ ਕੇ ਸਤਿਗੁਰੂ ਗੁਰੂ ਅਮਰਦਾਸ ਜੀ ਮਾਰ ਲੱਗੇ ਕਹਿਣ, ਜੇਠਾ ਜੀ ਥੜਾ ਤੇ ਤੁਹਾਡਾ ਅੱਜ ਵੀ ਚੰਗਾ ਬਣਦਾ ਨਜ਼ਰ ਨਹੀਂ ਆ ਰਿਹਾ। ਜੇਠਾ ਜੀ ਸਾਨੂੰ ਲੱਗਦਾ ਕਿ ਜਿਹੋ ਜਿਹਾ ਥੜਾ ਸਾਨੂੰ ਚਾਹੀਦਾ ਉਹਦੇ ਮੁਤਾਬਕ ਉਹਦੇ ਵਰਗਾ ਥੜਾ ਜੇਠਾ ਜੀ ਤੁਸੀਂ ਬਣਾ ਵੀ ਨਹੀਂ ਸਕੋਗੇ। ਪਰ ਭਾਈ ਜੇਠਾ ਜੀ ਇੱਕ ਗੱਲ ਦਾ ਜਵਾਬ ਦਿਓ, ਜੇਠਾ ਜੀ ਤੁਸੀਂ ਕਦੋਂ ਤੱਕ ਥੜੇ ਢਾਉਂਦੇ ਰਹੋਗੇ ਤੇ ਕਦੋਂ ਤੱਕ ਥੜੇ ਬਣਾਉਂਦੇ ਰਹੋਗੇ? ਭਾਈ ਜੇਠਾ ਜੀ ਦੀਆਂ ਧਾਹਾਂ ਨਿਕਲ ਗਈਆਂ, ਦੋਵੇਂ ਹੱਥ ਜੋੜ ਕੇ ਸੀਸ ਸਤਿਗੁਰੂ ਗੁਰੂ ਅਮਰਦਾਸ ਜੀ ਮਾਰ ਦੇ ਪਵਿੱਤਰ ਚਰਨਾਂ ਤੇ ਰੱਖ ਕੇ ਭਾਈ ਜੇਠਾ ਜੀ ਨੇ ਬੇਨਤੀ ਕੀਤੀ, ਗਰੀਬ ਨਵਾਜ ਮੇਰਾ ਮਤਲਬ ਥੜੇ ਬਣਾਉਣ ਤੇ ਥੜੇ ਢਾਉਣ ਦੇ ਨਾਲ ਨਹੀਂ, ਮੇਰਾ ਮਤਲਬ ਤੇ ਸਿਰਫ ਹਜ਼ੂਰ ਦਾ ਬਚਨ ਮੰਨਣ ਦੇ ਨਾਲ ਹੈ। ਗਰੀਬ ਨਵਾਜ ਰਹੀ ਗੱਲ ਥੜੇ ਢਾਉਣ ਤੇ ਬਣਾਉਣ ਦੀ, ਗਰੀਬ ਨਵਾਜ ਸੇਵਕ ਨੇ ਤੇ ਸੇਵਾ ਹੀ ਕਰਨੀ, ਭਾਵੇਂ ਸਾਰੀ ਜ਼ਿੰਦਗੀ ਥੜੇ ਢਵਾਈ ਜਾਓ ਤੇ ਭਾਵੇਂ ਸਾਰੀ ਜ਼ਿੰਦਗੀ ਥੜੇ ਬਣਵਾਈ ਜਾਓ। ਕਲਤਾ ਜੀ ਬੰਤ ਫੜ ਕੇ ਗੱਲ ਨਾ ਲਿਆ,
ਸੰਗਤ ਨੂੰ ਸੰਬੋਧਨ ਕਰਕੇ ਸਤਿਗੁਰੂ ਗੁਰੂ ਅਮਰਦਾਸ ਜੀ ਮਾਰ ਲੱਗੇ ਕਹਿਣ, ਲੱਗੇ ਕਰ ਗੁਰੂ ਨਾਨਕ ਪਾਤਸ਼ਾਹ ਦੀ ਇਹ ਸੰਗਤ ਹੈ, ਅੱਜ ਤੋਂ ਗੁਰੂ ਨਾਨਕ ਪਾਤਸ਼ਾਹ ਦੀ ਗੁਰਤਾ ਗੁਰਗੱਦੀ ਦੇ ਵਾਰ ਚ ਭਾਈ ਜੇਠਾ ਜੀ ਹੋਣਗੇ ਖਾਲਸਾ ਦੀ। ਇੱਕ ਪਾਸੇ ਗੁਰਤਾ ਗੁਰਗੱਦੀ ਦੀ ਬਖਸ਼ਿਸ਼ ਕਾਰਨ ਹੈ, ਦੂਜੇ ਪਾਸੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਗੁਰਤਾ ਗੁਰਗੱਦੀ ਦੀ ਬਖਸ਼ਿਸ਼ ਕਰਨ ਲੱਗੇ ਨਾ, ਹਜ਼ੂਰ ਨੇ ਅੰਤਰ ਧਿਆਨ ਹੋ ਕੇ ਕੀ ਵੇਖਿਆ ਕਿ ਭਾਈ ਜੇਠਾ ਜੀ ਦੀ ਤੇ ਉਮਰ ਖਤਮ ਹੋ ਚੁੱਕੀ। ਖਾਲਸਾ ਜੀ ਕਹੋ ਵਾਹਿਗੁਰੂ, ਕਹੋ ਵਾਹਿਗੁਰੂ। ਵੇਖਿਆ ਭਾਈ ਜੇਠਾ ਜੀ ਜਿਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਗੁਰਤਾ ਗੁਰਗੱਦੀ ਦੇ ਵਾਰਸ ਬਣਾ ਰਹੇ ਹਾਂ, ਭਾਈ ਜੇਠਾ ਜੀ ਦੀ ਤਾਂ ਉਮਰ ਖਤਮ ਹੋ ਚੁੱਕੀ ਹੈ, ਖਤਮ ਹੋਣ ਵਾਲੀ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਮਰ ਲੱਗੇ ਕਰ, ਬੇਟੀ ਭਾਨੀ ਅਸੀਂ ਤਾਂ ਗੁਰਤਾ ਗੁਰਗੱਦੀ ਦੀ ਬਖਸ਼ ਭਾਈ ਜੇਠਾ ਜੀ ਦੇ ਕਰਨ ਵਾਸਤੇ ਜਾ ਰਹੇ ਹਾਂ, ਪਰ ਜੇਠਾ ਜੀ ਦੀ ਤਾਂ ਉਮਰ ਖਤਮ ਹੋਣ ਵਾਲੀ ਹੈ। ਆਖਿਆ ਭਾਨੀ ਤੈਨੂੰ ਇਹ ਦੱਸ, ਤੈਨੂੰ ਪਿਤਾ ਪਿਆਰਾ ਹੈ ਕਿ ਪਤੀ ਪਿਆਰਾ ਹੈ? ਆਖਿਆ ਪਾਤਸ਼ਾਹ ਮੈਨੂੰ ਉਹੀ ਪਿਆਰਾ ਜੋ ਆਪ ਜੀ ਨੂੰ ਪਿਆਰਾ ਲੱਗਦਾ। ਆਪਣੀ ਬੇਟੀ ਦਾ ਪ੍ਰੇਮ ਵੇਖ ਕੇ ਖਾਲਸਾ ਦੀ ਬੜੀ ਧਿਆਨ ਦੇਣ ਵਾਲੀ ਗੱਲ ਹੈ। ਖਾਲਸਾ ਦੀ ਗੁਰੂ ਅਮਰਦਾਸ ਮਹਾਰਾਜ ਦੀ ਸਰੀਰਕ ਉਮਰ ਕੋਈ 6-7 ਸਾਲ ਦੇ ਨੇੜੇ ਜੋ ਬਚਦੀ ਸੀ, ਥੋੜ੍ਹੀ ਇਦੂ ਵੱਧ ਵੀ ਹੋ ਸਕਦੀ ਹੈ। ਆਖਿਆ ਲਓ ਜੇਠਾ ਜੀ, ਜਿੱਥੇ ਤੁਹਾਡੇ ਤੇ ਗੁਰੂ ਨਾਨਕ ਪਾਤਸ਼ਾਹ ਦੀ ਗੁਰਤਾ ਗੁਰਗੱਦੀ ਦੀ ਬਖਸ਼ਿਸ਼ ਕਰ ਰਹੇ, ਜੋ ਸਾਡੀ ਬਕਾਇਆ ਸਰੀਰ ਕਰਕੇ ਸਰੀਰਕ ਉਮਰ ਰਹਿੰਦੀ, ਉੱਥੇ ਤੁਹਾਨੂੰ ਆਪਣੀ ਉਮਰ ਵੀ ਬਖਸ਼ਿਸ਼ ਕਰ ਰਹੇ ਖਾਲਸਾ ਜੀ। ਆਖਿਆ ਬੀਬੀ ਭਾਨੀ ਇਹ ਜੋ ਤੂੰ ਕਹਿ ਨਾ ਮੈਨੂੰ ਉਹੀ ਪਿਆਰਾ ਜੋ ਤੁਹਾਨੂੰ ਪਿਆਰਾ, ਇਹ ਬੜੀ ਕਮਾਲ ਦੀ ਗੱਲ ਹੈ। ਜਿਹੜਾ ਗੁਰੂ ਹੈ ਉਹ ਪਿਤਾ ਵੀ ਹੈ, ਕਹਿ ਦਿਓ ਵਾਹਿਗੁਰੂ। ਜਿਹੜਾ ਗੁਰੂ ਹੈ ਉਹ ਗੁਰੂ ਵੀ ਹੈ। ਉਹਨੇ ਆਖਿਆ ਬੀਬੀ ਭਾਨੀ ਅੱਜ ਤੂੰ ਭਾਈ ਜੇਠਾ ਜੀ ਜਿੱਥੇ ਤੇਰੇ ਪਤੀ ਨੇ ਉੱਥੇ ਗੁਰੂ ਵੀ ਹੋਣਗੇ, ਕਿਉਂਕਿ ਗੁਰਤਾ ਗੁਰਗੱਦੀ ਦੀ ਬਖਸ਼ਿਸ਼ ਕਰ ਰਹੇ। ਭਾਈ ਜੇਠਾ ਜੀ ਆਪ ਜੀ ਦਾ ਪਵਿੱਤਰ ਨਾਮ ਰਾਮਦਾਸ ਰੱਖਿਆ, ਹੁਣ ਜਿੱਥੇ ਭਾਈ ਜੇਠਾ ਜੀ ਭਾਵ ਗੁਰੂ ਰਾਮਦਾਸ ਜੀ ਬੀਬੀ ਭਾਨੀ ਜੀ ਦੇ ਪਤੀ ਨੇ ਉੱਥੇ ਗੁਰੂ ਵੀ ਨੇ, ਤੇ ਜਿਹੜਾ ਗੁਰੂ ਹੈ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਕਾ ਸਭਨੀ ਥਾਈ ਤਾਂ ਪਉ ਕਿਹਾ ਕਾੜਾ। ਬੜੀਆਂ ਬਖਸ਼ਿਸ਼ਾਂ ਕੀਤੀਆਂ, ਬੜੇ ਵਰ ਦਿੱਤੇ ਖਾਲਸਾ ਜੀ, ਸਮਾਂ ਆਗਿਆ ਨਹੀਂ ਦਿੰਦਾ। ਆਓ ਗੁਰੂ ਪਿਆਰਿਓ, ਸਿੱਖੀ ਕਥਨੀ ਦੀ ਨਹੀਂ, ਸਿੱਖੀ ਕਰਨੀ ਦੀ ਹੈ। ਵੱਧ ਤੋਂ ਵੱਧ ਸਮਾਂ ਗੁਰੂ ਚਰਨਾਂ ਵਿੱਚ ਲਾਓ, ਹੁਣ ਸਮਾਂ ਆਗਿਆ ਨਹੀਂ ਦਿੰਦਾ। ਤੁਸੀਂ ਬੜੇ ਭਾਗਾਂ ਵਾਲੇ ਹੋ ਖਾਲਸਾ ਜੀ, ਜਿਨ੍ਹਾਂ ਨੂੰ ਸਿੰਘ ਸਾਹਿਬ ਭਾਈ ਸਾਹਿਬ ਭਾਈ ਜਸਵੰਤ ਸਿੰਘ ਵਰਗੇ ਗੁਰੂ ਕੀ ਸੰਗਤ ਗੁਰੂ ਘਰ ਦੇ ਮੁੱਖ ਸੇਵਾਦਾਰ ਬਣੇ ਮਿਲੇ ਨੇ, ਜੋ ਟਕਸਾਲ ਦੇ ਪੜ੍ਹੇ ਨੇ ਔਰ ਬਹੁਤ ਚੰਗੇ ਵਿਦਵਾਨ ਵੀ ਨੇ। ਗੁਰੂ ਪਿਆਰਿਓ, ਸਮੇਂ 'ਚ ਸਮਾਂ ਕੱਢ ਕੇ ਗੁਰੂ ਕੀ ਸੰਗਤ ਇਹਨਾਂ ਪਾਸੋਂ ਫਾਇਦਾ ਉਠਾਇਆ ਕਰੋ। ਬਾਣੀ ਦੀ ਸੰਥਿਆ ਸਿੱਖੋ, ਭਾਵੇਂ ਬਾਣੀ ਦਾ ਅਰਥ ਪੁੱਛੋ, ਇਹਨਾਂ 'ਤੇ ਮਹਾਰਾਜ ਦੀ ਬੜੀ ਕਿਰਪਾ ਹੈ। ਤੁਸੀਂ ਤਾਂ ਬੜੇ ਭਾਗਾਂ ਵਾਲੇ ਦੱਸ, ਜਦੋਂ ਇਸ ਵਾਰੀ ਆਇਆ ਤਾਂ ਮੈਂ ਸਿੰਘ ਸਾਹਿਬ ਨੂੰ ਦੇਖ ਕੇ ਬੜਾ ਖੁਸ਼ ਹੋਇਆ। ਮੈਨੂੰ ਲੱਗਾ ਪਤਾ ਕਿ ਅੱਜ ਕੱਲ੍ਹ ਸਾਧ ਸੰਗ ਗੁਰੂ ਘਰ ਦੀ ਜਿਹੜੀ ਡਿਊਟੀ ਹੈ, ਸੇਵਾ, ਸਿੰਘ ਸਾਹਿਬ ਭਾਈ ਸਾਹਿਬ ਭਾਈ ਜਸਵੰਤ ਸਿੰਘ ਹੋਰੀ ਮਾਫ਼ ਕਰਨਾ ਗੁਰੂ ਕੀ ਸੰਗਤ ਨਿਭਾ ਰਹੇ ਨੇ, ਮੈਨੂੰ ਇੰਨੀ ਖੁਸ਼ੀ ਹੋਈ ਦੱਸ ਨਹੀਂ ਸਕਦਾ। ਹੁਣ ਸਮਾਂ ਆਗਿਆ ਨਹੀਂ ਦਿੰਦਾ, ਹੁਣ ਸਾਰੀ ਸੰਗਤ ਗੱਜ ਵੱਜ ਕੇ ਅਤੇ ਗੁਰੂ ਉਸ ਸਤੋਤਰ 'ਚ ਬੋਲਣ ਦੀ ਖੇਚਲਾ ਕਰੋ। ਤਨ ਹਾਂ ਤਨ ਹਾਂ ਤਨ ਹਾਂ
ਗੁਰੂ ਨਾਨਕ ਸਾਹਿਬ ਜੀ ਧੰਨ ਹੈ, ਧੰਨ ਹੈ, ਧੰਨ ਹੈ, ਧੰਨ ਹੈ। ਧੰਨ ਹੈ, ਧੰਨ, ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ। ਧੰਨ ਹੈ, ਧੰਨ, ਧੰਨ ਹੈ ਗੁਰੂ ਰਾਮਦਾਸ ਜੀ ਧੰਨ ਹੈ। ਧੰਨ ਹੈ, ਧੰਨ, ਧੰਨ ਹੈ ਗੁਰੂ ਅਰਜਨ ਸਾਹਿਬ ਜੀ ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਹਰਗੋਬਿੰਦ ਸਾਹਿਬ ਧੰਨ ਹੈ। ਧੰਨ ਹੈ, ਧੰਨ, ਧੰਨ ਹੈ ਗੁਰੂ ਟੀਰੀ ਆਰ ਸਾਹਿਬ ਧੰਨ ਹੈ। ਧੰਨ ਹੈ, ਧੰਨ, ਧੰਨ ਹੈ ਗੁਰੂ ਟੀਰੀ ਆਰ ਕ੍ਰਿਸ਼ਨ ਦੇ ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਤੇਗ ਬਹਾਦਰ ਧੰਨ ਹੈ। ਧੰਨ ਹੈ, ਧੰਨ, ਧੰਨ ਹੈ ਗੁਰੂ ਗੋਬਿੰਦ ਸਿੰਘ ਜੀ ਧੰਨ ਹੈ। ਧੰਨ ਹੈ, ਧੰਨ, ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਤੇਰਾ ਪੰਥ ਕਾਲ ਦਾ ਧੰਨ ਹੈ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਬੋਲ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਬੋਲ।
ਵਾਹਿਗੁਰੂ ਬੋਲ ਕਦੇ ਨਾ, ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ, ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕੁਛ ਨਾ ਲੱਗੇਗਾ, ਬੋਲ ਪਿਆਰਿਆ ਸਤਨਾਮ ਚਿਰੀ ਵਾਹਿਗੁਰੂ ਬੋਲ, ਸਤਨਾਮ ਚਿਰੀ ਵਾਹਿਗੁਰੂ ਬੋਲ, ਵਾਹਿਗੁਰੂ ਬੋਲ ਕਦੇ ਨਾ, ਵਾਹਿਗੁਰੂ ਬੋਲ ਕਦੇ ਨਾ ਡੋਲ, ਸਤਨਾਮ ਚਿਰੀ ਵਾਹਿਗੁਰੂ ਬੋਲ, ਸਤਨਾਮ ਚਿਰੀ ਵਾਹਿਗੁਰੂ ਬੋਲ, ਕਲੀ ਮਹੱਲਾ ਤੀਜਾ ਨੰਦ ਕੁੰਕਾਰ ਪ੍ਰਤਾਦ, ਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ, ਪੂਰਾ ਰਤਨਪੁਰ ਵਾਰ ਪਰੀਆਂ ਸ਼ਬਦ ਗਾਵਣ ਆਈਆਂ ਤਬ ਤੋ ਤੰਗਾਵੋ, ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ, ਹਰੂ ਨਾ ਰਹੋ ਤੂੰ ਮੈਨੂੰ ਮੇਰੇ ਦੁੱਖ ਤਬ ਪਾਰਨਾ, ਹਰੂ ਨਾ ਗੱਲਾਂ ਤੂੰ ਰਾਤ ਵਾਮੀ ਸੁੱਖ ਮਨੋਵ ਤਾਰੇ, ਸਹੀ ਪਾਂ ਕਿਆ ਨਹੀਂ ਕਰ ਸਦਾ ਤੁਬ ਤੁਤ ਲਾ ਤੇਰੀ ਨਾਮ ਮਨ ਪਾਵੇ, ਕਿਆ ਨਾਨਕ ਸੱਚੇ ਤਾਈਬ ਕਿਆ ਨਹੀਂ ਕਰ ਤੇਰਾ ਸੱਚਾ ਨਮਰਾ ਆਧਾਰ, ਹਰੀ ਚੰਤ ਸੁਖਮਨ ਆਏ ਪੱਟਿਆ ਜਿਨ ਇੱਛਾ ਟਬ ਪੁਜਾਈਆਂ, ਕਹਿ ਨਾਨਕ ਤੂੰ ਨਾ ਸੰਤੋ ਸੰਤਰੋ ਪਿਆਰੋ ਸਾਚਾ ਨਾ ਮੇਰਾ ਆ ਤਾਰੋ ਬਾਜੇ ਪੰਜ, ਪੰਚ ਤੂਤ ਤੁਦ ਵਤ ਕੀਤੇ ਕਾਲ ਕੰਟ ਕੋ ਮਾਰੀਆ, ਕਹਿ ਨਾਨਕ ਤੈਂਤ ਕਹੋਆ ਸ਼ੁਕਰ ਆਨੰਦ ਵਾਜੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਤਗਲਬ ਤੂਰੇ,
ਸੰਤ ਤਾਜਣ ਪੈ ਤਤ ਪੂਰੇ ਗੁਰ ਤੇ ਜਾਣੀ ਅੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਤਲੋਕਾਂ ਦਿਵਤ ਰਾਤ ਪਏ ਤਾਈ ਤਾਇਆ ਖੇਲ ਤਗਲ ਜਗਤ ਕਰਮੀ ਆਪ ਆਪਣੀ ਕਿੰਨੜੇ ਕੇ ਦੂਰ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਬੋਲੋ ਸ਼ਬਦ ਪ੍ਰਵਾਨ ਕਰੋ। ਹੁਣ ਅਰਦਾਸ ਹੋਵੇਗੀ, ਸਾਰੀ ਸੰਗਤ ਗਜ ਵਿੱਚ ਕੇ ਅਰਦਾਸ ਦੀ ਖੇਚਲਾ ਕਰੋ। ਉਸ ਤੋਂ ਬਾਅਦ ਅਸੀਂ ਆਪਣੇ ਕਰਮ ਜਾਣ ਦੀ ਖੇਤਲਾ ਕਰਨ ਨੂੰ ਅਰਦਾਸ ਹੋਵੇਗੀ ਜੀ।